ਸਸ਼ੀ ਗਾਲ ਨਮਸਕਾਰ ਅਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮੈਂ ਤੁਹਾਡੇ ਰੂਪ ਰੂਪ ਹਾਂ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਬਹੁਤ ਕੁਝ ਜਿਹੜਾ ਹੈ ਨਵਾਂ ਵਾਪਰ ਗਿਆ ਪਿਛਲੇ ਵੀਰਵਾਰ ਤੋਂ ਲੈ ਕੇ ਹੁਣ ਤੱਕ ਚਾਹੇ ਆਪਾਂ ਗੱਲ ਕਰ ਲਈਏ ਕਿ ਪਿਛਲੇ 12 ਘੰਟੇ ਜਿਹੜਾ ਬੀਤਿਆ ਦਿਨ ਗਿਆ ਆਪਣੇ ਭਾਰਤ ਦੇਸ਼ ਮਹਾਨ ਦੇ ਵਿੱਚ ਚਾਹ CBSE ਯਾਨੀ ਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਵੱਲੋਂ ਬੋਰਡ ਦੀ ਪ੍ਰੀਖਿਆ ਜਿਹੜੇ ਐਗਜ਼ਾਮ ਨੇ ਰੱਦ ਕਰ ਦਿੱਤੇ ਜਾਣੇ ਉਹਨਾਂ ਦਾ ਸਟੂਡੈਂਟ ਤੇ ਕੀ ਅਸਰ ਪਊਗਾ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਚਾਹੇ ਵੱਲੋਂ ਇੱਕ ਹੋਰ ਕਰੋਨਾ ਵੈਕਸੀਨ ਜਿਹੜੀ ਹੈ ਉਹ ਇਜ਼ਾਦ ਕੀ ਇਜ਼ਾਦ ਕੀਤੀ ਗਈ ਸੀ ਉਹਨੂੰ WHO ਵੱਲੋਂ ਪ੍ਰਵਾਨਗੀ ਵੀ ਮਿਲ ਗਈ ਹੈ ਤੇ ਉਹ ਕਿੰਨੀ ਕੁ ਕਾਰਗਰ ਸਿੱਧ ਹੁੰਦੀ ਹੈ ਇਸ ਚੀਜ਼ ਤੇ ਡਿਪੈਂਡ ਕਰਦਾ ਚਾਹਿਆ ਆਪਾਂ ਕਰ ਲਈਏ ਕਿ ਜਿਹੜੀ ਬਲੈਕ ਫੰਗਸ ਹੈ ਉਹਦੀ ਜਿਹੜੀ ਦਵਾਈ ਦੀ ਕਮੀ ਇਸ ਸਾਰੀਅਤੇ ਦਿੱਲੀ ਹਾਈ ਕੋਰਟ ਵੱਲੋਂ ਦੇ ਉੱਤੇ ਟਿੱਪਣੀ ਕੀਤੀ ਜਾਣੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੰਜਾਬ ਕਾਂਗਰਸ ਦੇ ਵਿੱਚ 카ਟੋਕਲੇਸ਼ ਜਿਹੜਾ ਲਗਾਤਾਰ ਜਾਰੀ ਹੈ ਦਿੱਲੀ ਹਾਈ ਕਮਾਂਡ ਵੱਲੋਂ ਇੱਕ ਇੱਕ ਕਰਕੇ ਉਹਨਾਂ ਨੂੰ ਸਕੇ ਗੱਲਾਂ ਪੁੱਛੀਆਂ ਜਾ ਰਹੀਆਂ ਨੇ ਕੀ ਆਉਣ ਵਾਲੇ ਦਿਨ ਅੱਜ ਕੋਈ ਵੱਡੀ ਚੀਜ਼ ਸਾਹਮਣੇ ਆਏਗੀ ਆ ਉਸ ਤੋਂ ਬਾਅਦ ਆਪਾਂ ਚੱਲ ਦਿੰਨੇ ਆਪਣੇ ਪੰਜਾਬੀ ਆ ਨੌਜਵਾਨ ਜਿਹੜਾ ਐਮ ਐਮ ਇਹ ਜਿਹੜਾ ਕਿ ਮਿਕਸਡ ਮਾਰਸ਼ਲ ਆਰਟ ਦੇ ਵਿੱਚ ਮੱਲ ਮਾਰੀ ਆ ਜੋ ਨੌਜਵਾਨ ਦਾ ਨਾਮ ਹੈ ਅਰਜਨ ਸਿੰਘ ਭੁੱਲਰ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਖਬਰਾਂ ਬਹੁਤ ਬਣ ਜਾਂਦੀਆਂ ਨੇ ਦਰਸ਼ਕੋ ਬਹੁਤ ਜ਼ਿਆਦਾ ਪਰ ਜਿੱਦਾਂ ਮੈਂ ਪਿਛਲੇ ਹਫਤੇ ਅਨਾਉਂਸ ਕੀਤਾ ਸੀ ਕਿ ਸਾਡੇ ਨਾਲ ਮੁੱਜ਼ਮ ਮਹਿਮਾਨ ਉੱਚੇ ਚੇੇ ਤੌਰ ਤੇ ਸ਼ਿਕਾਗੋ ਤੋਂ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੋਣਗੇ ਅੱਡ ਅੱਡ ਪੱਖ ਦੇ ਮੁੱਦਿਆਂ ਨੂੰ ਲੈ ਕੇ ਅੱਜ ਸਾਡਾ ਜਿਹੜਾ ਮੁੱਦਾ ਹੈ ਸਪੈਸ਼ਲ ਮੁੱਦਾ ਮੈਂ ਦਰਸ਼ਕੋ ਤੁਹਾਨੂੰ ਯਾਦ ਕਰਾ ਦੇਣਾ ਕਿ ਜਿਹੜੇ ਵੱਡੀ ਪ੍ਰੋਬਲਮ ਹੁੰਦੀ ਰੋਟੀ ਕਪੜਾ ਔਰ ਮਕਾਨ ਜਿਹੜਾ ਕੀ ਹਿਊਮਨ ਹਰੇਕ ਬੰਦੇ ਨੂੰ ਜਿਹੜੀ ਲੋੜਿੰਦੀਆਂ ਚੀਜ਼ਾਂ ਉਸ ਤੋਂ ਬਾਅਦ ਤਾਂ ਬਿਜ਼ਨਸ ਖੜੇ ਕਰ ਲਓ ਗੱਡੀਆਂ ਲੈ ਲਓ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਆਪਾਂ ਗੱਲ ਕਰਾਂਗੇ ਅੱਜ ਦਰਸ਼ਕੋ ਪਾਵਰਟੀ ਐਂਡ ਹੰਗਰ ਇਨ ਵਰਲਡ ਐਂਡ ਇਨ ਇੰਡੀਆ ਐਜ਼ ਵੋ ਜਿਹੜੀ ਗਰੀਬੀ ਤੇ ਭੁੱਖ ਉਹਨਾਂ ਦੇ ਆંકੜੇ ਕਿੱਦਾਂ ਤੈਅ ਹੁੰਦੇ ਆ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਕਿੱਦਾਂ ਹੁੰਦੀ ਹੈ ਕਿਉਂਕਿ ਅੱਡ ਅੱਡ ਜਗ੍ਹਾ ਦੇ ਅੱਡ ਮਿਆਰ ਹੁੰਦੇ ਨੇ ਆਪਾਂ ਨੂੰ ਸਾਰੀਆਂ ਗੱਲਾਂ ਸਮਝਾਉਣਗੇ ਆਪਣੇ ਨਾਲ ਬੈਠੇ ਮਹਿਮਜਜ਼ ਮਹਿਮਾਨ ਡਾਕਟਰ ਅਸ਼ਪਾਲ ਸਿੰਘ ਬਾਜਵਾ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਦਰਸ਼ਕੋ ਤਾਂ ਉਸ ਤੋਂ ਬਾਅਦ ਆ ਕੁਐਸਚਨਾਂ ਦਾ ਗੱਲਬਾਤ ਦਾ ਜ਼ਰੀਆ ਫੇਰ ਚਾਰੀ ਰੱਖਾਂਗੇ ਬਹੁਤ ਬਹੁਤ ਸਵਾਗਤ ਜੀ ਡਾਕਟਰ ਸਾਹਿਬ ਤੁਹਾਡਾ ਤੁਹਾਡਾ ਸੈਨੋਜ਼ ਇੱਥੇ 베ਰੀਅਤੇ ਹੋਣ ਤੇ ਤੇ ਨਾਲ ਨਾਲ ਤੁਸੀਂ ਆਏ ਹੋ ਸਟੂਡੀਓ ਤੇ ਅਗੇਨ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਹਾਂਜੀ ਗੁਲਲਾਲ ਜੀ ਸਤਿ ਸ੍ਰੀ ਅਕਾਲ ਔਰ ਮੇਰੇ ਵੱਲੋਂ ਸਾਰੇ ਜੱਸ ਪੰਜਾਬੀ ਦੀ ਟੀਮ ਨੂੰ ਔਰ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਜਵਾਤ ਸਾਹਿਬ ਮੇਰਾ ਕੁਐਸਚਨ ਇਹ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਾਓ ਕਿ 780 ਮਿਲੀਅਨ ਬੰਦੇ ਜਿਹੜੇ ਐਕਸਟ੍ਰੀਮ ਪਾਵਰਟੀ ਚ ਰਹਿ ਰਹੇ ਹਨ ਅਕੋਰਡਿੰਗ ਟੂ ਜਿਹੜੇ ਆਂਕੜੇ ਸਾਹਮਣੇ ਆਏ 780 ਮਿਲੀਅਨ ਪਰ ਮੈਨੂੰ ਇਹ ਦੱਸੋ ਕਿ ਉਹ ਜੇ ਆਪਾਂ ਉਹਨਾਂ ਨੂੰ ਕੈਲਕੂਲੇਟ ਕਰੀਏ ਤਾਂ 1 ਡਾਲਰ ਤੇ 90 ਸੈਂਟ ਪਰ ਡੇ ਪਰ ਪਰਸਨ ਬਣਾ ਰਿਹਾ ਹੈ ਇਹ ਮੈਨੂੰ ਕੁਐਸਚਨ ਮੇਰਾ ਇਹ ਹੈ ਕਿ ਇਹ ਕੈਲਕੂਲੇਟ ਕਿਦਾਂ ਕੀਤੇ ਜਾਂਦੇ ਹਨ ਹਾਂਜੀ ਗੁਰਲਾਲ ਜੀ ਇਹ ਜਿਹੜੀ ਗਰੀਬੀ ਬੜੀ ਵਾਈਡ ਸਪਰੈਡ ਪ੍ਰੋਬਲਮ ਹੈ ਜੀ ਖਾਸ ਕਰਕੇ ਜਿਹਨੂੰ ਅਸੀਂ ਅਤ ਦੀ ਗਰੀਬੀ ਕਹਿੰਦੇ ਆ ਐਕਸਟ੍ਰੀਮ ਪਾਉਰਟੀ ਜੀ ਔਰ ਜਿਵੇਂ ਤੁਸੀਂ ਦੱਸਿਆ ਵੀ ਉਹ 780 ਮਿਲੀਅਨ ਲੋਕ ਹੈ ਉਹ ਡਾਟਾ ਕਿਵੇਂ ਕੱਢਿਆ ਜਾਂਦਾ ਜੀ ਇਹ 1981 ਚੋਂ ਵਰਲਡ ਬੈਂਕ ਨੇ ਇਹ ਡਾਟਾ ਕਲੈਕਟ ਕਰਨਾ ਸ਼ੁਰੂ ਕੀਤਾ ਡਿਫਰੈਂਟ ਕੰਟਰੀਜ਼ ਚੋਂ ਉੱਥੋਂ ਫਿਰ ਉਹ ਲੱਭਦੇ ਆ ਵੀ ਹਰ ਕੰਟਰੀ ਚ ਕਿਹੜੀ ਇਨਕਮ ਲੈਵਲ ਹੈ ਜਿਹੜੇ ਸਭ ਤੋਂ ਥੱਲੇ ਲੋਕਾਂ ਨੂੰ ਮਿਲਦੀ ਹੈ ਜੀ ਪਰ ਉਹ ਹੁਣ ਜਿਹੜੇ 1.90 ਸੈਂਟ ਤੋਂ ਥੱਲੇ ਹੈ ਇਹ ਅੱਜ ਤੋਂ ਕੁਝ ਸਾਲ ਪਹਿਲਾਂ 1.25 ਸੈਂਟ ਸੀ ਫਿਰ ਉਹ ਮਹਿੰਗਾਈ ਨਾਲ ਜਿਵੇਂ ਡਾਲਰ ਦੀ ਕੀਮਤ ਵੀ ਫਰਕ ਪੈਦਾ ਰਹਿੰਦਾ ਉਹ ਸੀ ਉਦੋਂ ਪਹਿਲਾਂ ਇਹ 1 ਡਾਲਰ ਹੋਇਆ ਕਰਦੇ ਜੀ ਸੋ ਇਹ ਵਰਲਡ ਬੈਂਕ ਇਹਨਾਂ ਚੀਜ਼ਾਂ ਨੂੰ ਕਰਦਾ ਹੈ ਤੇ ਅੱਜ ਦੇ ਦਿਨ ਚ ਦੁਨੀਆ ਵਿੱਚ ਤਿੰਨ ਪਾਉਰਟੀ ਲਾਈਨਸ ਬਣ ਚੁੱਕੀਆਂ ਇੱਕ ਤਾਂ 1.90 ਡਾਲਰ ਵਾਲੀ ਹੈ ਇਹਦੇ ਚ 10% ਦੁਨੀਆ ਦੇ ਲੋਕ ਰਹਿੰਦੇ ਆ ਔਰ ਜਿਹੜੀ ਨੈਕਸਟ ਲਾਈਨ ਹੈ ਉਹ 3 ਡਾਲਰ ਤੇ 20 ਸੈਂਟ ਹੈ ਔਰ ਉਹਦੇ ਵਿੱਚ 25% ਦੁਨੀਆ ਦੇ ਲੋਕ ਰਹਿ ਰਹੇ ਆ ਔਰ ਜਿਹੜੀ ਤੀਜੀ ਲਾਈਨ ਹੈ ਉਹ ਹੈਗੀ ਹੈ 5 ਡਾਲਰ 50 ਸੈਂਟ ਤੋਂ ਥੱਲੇ ਔਰ ਉਹਦੇ ਚ 40% ਰਹ ਰਹੇ ਹਨ ਅਗਰ ਆਪਾਂ ਇਹਨਾਂ ਸਾਰਿਆਂ ਦਾ ਟੋਟਲ ਕਰ ਲਈਏ ਜੀ 40 ਤੇ 25 65 ਤੇ 10 75 ਦੇ ਜਦੋਂ ਇਹ ਦੇਖ ਲੋ ਵੀ 3/4 ਆਫ ਦਾ ਵਰਲਡ ਦਾ ਵਿਚਾਰਾ ਇੱਥੇ ਹੀ ਰਹਿ ਰਿਹਾ ਔਰੇ ਉਹ ਲੋਕ ਹੈ ਜਿਹੜੇ ਐਕਸਟ੍ਰੀਮ ਪੂਰ ਇਹਨਾਂ ਨੂੰ ਆਪਣੀਆਂ ਜਿਹੜੀਆਂ ਰੋਟੀ ਕਪੜਾ ਮਕਾਨ ਜੀ ਜੀ ਐਜੂਕੇਸ਼ਨ ਹੈਲਥ ਉਹ ਵੀ ਨਹੀਂ ਮਸਾ ਹੀ ਮਿਲਦੀ ਐ ਸੋ ਇਹ ਚੀਜ਼ਾਂ ਹੈ ਔਰ ਇਹਦੇ ਵਿੱਚ ਇਹਦੇ ਹੋਰ ਅੱਗੋਂ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਨੂੰ ਕੁਝ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਵੀ ਪਾਵਰਟੀ ਗਰੀਬੀ ਕੀ ਹੈ ਜਿਵੇਂ ਤੁਸੀਂ ਵੀ ਦੱਸਿਆ ਵੀ ਇਹਨਾਂ ਦੀਆਂ ਤਿੰਨ ਨੀਡਸ ਵੀ ਨਹੀਂ ਪੂਰੀਆਂ ਹੁੰਦੀਆਂ ਰਾਈਟ ਅੱਗੋਂ ਫਿਰ ਪਾਵਰਟੀ ਰੇਟ ਹੈ ਪਾਵਰਟੀ ਰੇਟ ਗਰੀਬੀ ਦੀ ਦਰ ਉਹਦੀ ਮਿਆਰ ਉਹ ਇੱਕ ਇਹੋ ਜੀ ਚੀਜ਼ ਹੈ ਵੀ ਇੱਕ ਟਾਈਮ 'ਚ ਇੱਕ ਉਮਰ ਦੇ ਇੱਕ ਇਨਕਮ ਲੈਵਲ ਤੋਂ ਜਿੰਨੇ ਲੋਕ ਘਟ ਹੈ ਸੋ ਉਹਦੇ ਨਾਲ ਉਹ ਡਾਟਾ ਕੱਢ ਲੈਂਦਾ ਆਪਾਂ ਕਹਿ ਦਿੰਨੇ ਆ 10% ਹੈ 20% ਹੈ ਫੇਰ ਅੱਗੋਂ ਪਾਵਰਟੀ ਲਾਈਨ ਜਿਹੜੀਆਂ ਤਿੰਨ ਆ ਉਹ ਆਪਾਂ ਦੱਸ ਦਿੱਤੀਆਂ ਔਰ ਉਦੋਂ ਅੱਗੇ ਆਉਂਦੀ ਹੈ ਜੀਡੀਪੀ ਜੀ ਜੀਡੀਪੀ ਜਿਹੜੀ ਆਮ ਆ ਜਿਹਨੂੰ ਗਰਾਸ ਡੋਮੈਸਟਿਕ ਪ੍ਰੋਡਕਟ ਕਹਿੰਦੇ ਆ ਬਾਈ ਜੀ ਸਾਹਿਬ ਬਾਈ ਮੇਰਾ ਇੱਕ ਕੁਐਸਚਨ ਖੜਾ ਹੋ ਗਿਆ ਇਹਦੇ ਵਿੱਚ ਮੇਰਾ ਇੱਕ ਕੁਐਸਚਨ ਇਹ ਖੜਾ ਹੋ ਗਿਆ ਮੈਂ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਅਸੀਂ ਜਿਹੜਾ ਕੰਮ ਕੁਐਸਚਨ ਕਰ ਰਹੇ ਹਾਂ ਕਿ ਜਿਹੜੀ ਗਰੀਬੀ ਦਾ ਮਿਆਰ ਗਰੀਬੀ ਕਿੱਥੋਂ ਮਾਪੀ ਜਾਂਦੀ ਹੈ ਰੋਟੀ ਕਪੜਾ ਔਰ ਮਕਾਨ ਜਾਂ ਫਿਰ ਜਿਹੜੀ ਯੂਨੋ ਹੈ ਉਹ ਕਿਸੇ ਹੋਰ ਕੋਈ ਹੋਰ ਕ੍ਰਾਈਟੇਰੀਆ ਰੱਖਦੀ ਹੈ ਇਹ ਤੁਸੀਂ ਐਕਸਪਲੇਨ ਤਾਂ ਕੀਤਾ ਪਰ ਥੋੜਾ ਜਿਹਾ ਐਲੈਬ੍ਰੇਟ ਜ਼ਰੂਰ ਕਰੋ ਜੀ ਤੇ ਮੇਰਾ ਇਹ ਇਹਦੀ ਤੁਹਾਡੀ ਗੱਲਾਂ ਚ ਮੇਰਾ ਇੱਕ ਕੁਐਸਚਨ ਖੜਾ ਹੋ ਗਿਆ ਹੈ ਕਿ ਜੇ ਇੱਕ ਜਗ੍ਹਾ ਕੈਲਕੂਲੇਟ ਕੀਤਾ ਜਾਂਦਾ ਹੈ ਹਰ ਚੀਜ਼ ਨੂੰ ਤਾਂ ਅੱਡ ਅੱਡ ਕੰਟਰੀਜ਼ ਦੇ ਅੱਡ ਅੱਡ এনवायरमेंट ਹੁੰਦੇ ਆ ਕਿਸੇ ਦੀ ਡਾਲਰ ਚੱਲਦਾ ਕਿਤੇ ਰੁਪਈਆ ਚੱਲਦਾ ਕਿਤੇ ਹੋਰ ਕਰੰਸੀਸ ਚਲਦੀਆਂ ਨੇ ਪਰ ਉਸ ਦੇਸ਼ ਦੀ ਜਿਹੜੀ ਗਰੀਬੀ ਆ ਜਾਂ ਭੁੱਖ ਦਾ ਇੰਡੈਕਸ ਆ ਉਹ ਹੰਗਰ ਇੰਡੈਕਸ ਆ ਉਹ ਇੱਕ ਜਗ੍ਹਾ ਕਿੱਦਾਂ ਕੈਲਕੂਲੇਟ ਇੱਕ ਮਤਲਬ ਯੂਨੋ ਬੈਠ ਕੇ ਜਿਹੜੇ ਬੰਦੇ ਆ ਉਹ ਇੱਕ 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 ਸਟੇਜ ਤੇ ਕਿੱਦਾਂ ਕਰ ਸਕਦੇ ਕਿਉਂਕਿ ਅੱਡ ਅੱਡ ਦੇਸ਼ਾਂ ਚ ਕਮਾਈ ਦੇ ਸਾਧਨ ਵੀ ਅੱਡ ਹੈ ਉਹ ਇਸ ਤਰ੍ਹਾਂ ਇਹ ਗੁਰਲਾਲ ਜੀ ਵੀ ਜਿਹੜੀਆਂ ਸੋਸਾਇਟੀਲ ਪਾਵਰਟੀ ਲਾਈਨਸ ਹੁੰਦੀਆਂ ਜੀ ਉਹ ਹਰ ਸੋਸਾਇਟੀ ਦੀਆਂ ਡਿਫਰੈਂਟ ਹੈ ਹਰ ਕੰਟਰੀ ਦੀਆਂ ਡਿਫਰੈਂਟ ਹੈ ਜਸਟ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਜੀ ਬਈ ਜਿਵੇਂ ਹੁਣ ਯੂਰੋਪੀਅਨ ਯੂਨੀਅਨ ਹੈ ਉਹਦੇ ਵਿੱਚ ਕੋਈ ਜਿੰਨੇ ਵੀ ਮੁਲਕ ਬਣੇ ਉਥੇ ਚੀਜ਼ਾਂ ਇੰਨੀਆਂ ਮਹਿੰਗੀਆਂ ਹੈ ਜੀ ਰੋ ਜਿਹੜੇ 60% ਉਹਨਾਂ ਦੀ ਇਨਕਮ ਆ ਲੋਕਾਂ ਦੀ ਉਹ ਤਾਂ ਮਿਨੀਮਮ ਚੀਜ਼ਾਂ ਨੂੰ ਅਫੋਰਡ ਕਰਨ ਵਾਸਤੇ ਹੀ ਲੱਗ ਜਾਂਦੀ ਹੈ ਜੇ ਉਹ ਇਨਕਮ ਉਹਦੋਂ ਘਟ ਜਾਂਦੀ ਹੈ 60% ਤੋਂ ਤੋ ਉਹ ਗਰੀਬੀ ਦੇ ਲੈਵਲ ਨੂੰ ਥੱਲੇ ਆ ਜਾਂਦੇ ਸੋ ਇਸੇ ਤਰ੍ਹਾਂ ਹਰ ਕੰਟਰੀ ਹੁਣ ਜਿਵੇਂ ਅਮਰੀਕਾ ਹੈ ਅਮਰੀਕਾ ਦਾ ਜਿਹੜਾ ਮਿਨੀਮਮ ਆਪਣਾ ਇਨਕਮ ਹੈ ਥ੍ਰੈਸ਼ਹੋਲਡ ਮਿਨੀਮਮ ਉਹ ਕੋਈ 26000 ਡਾਲਰ ਹੈ ਚਾਰ ਬੰਦਿਆਂ ਦੀ ਫੈਮਿਲੀ ਵਾਸਤੇ ਅਰੇ ਅੱਜ ਤੋਂ 40 ਸਾਲ ਪਹਿਲਾਂ ਇਹ ਕੋਈ 8000 ਡਾਲਰ ਹੋਇਆ ਕਰਦਾ ਸੋ ਜਿਉਂ-ਜਿਉਂ ਮਹਿੰਗਾਈ ਵਧਦੀ ਕਾਸਟ ਆਫ ਗੁੱਡਜ਼ ਵਧੀਆਂ ਥੋੜੀ ਇਨਕਮ ਵਧਦੀ ਹੈ ਫਿਰ ਇਹਨਾਂ ਦਾ ਵੀ ਜਿਹੜਾ ਹੈ ਉਹ ਇਹ ਵਧ ਜਾਂਦੀ ਹੈ ਸੋ ਇਸ ਕਰਕੇ ਹਰ ਕੰਟਰੀ ਦਾ ਇਹ ਡਿਫਰੈਂਟ ਪੈਮਾਨਾ ਹੈ ਪਰ ਵਰਲਡ ਬੈਂਕ ਥੋੜਾ ਜੈਨੂੰ ਕੋਆਰਡੀਨੇਟ ਕਰਦਾ ਹੈ ਡੇਟਾ ਕੱਢ ਕੇ ਵੀ ਇਹ ਜਿਹੜੇ ਰਿਸੋਰਸ ਪੂਰ ਲੋਕ ਹੈ ਇਹਨਾਂ ਦੀ ਕਿੰਨੀ ਗਿਣਤੀ ਹੈ ਕਿਉਂਕਿ ਇਹਨਾਂ ਦੀ ਗਿਣਤੀ ਕਰਨੇ ਬਹੁਤ ਜ਼ਰੂਰੀ ਹੈ ਕਿ ਮੁੜਕੇ ਜਿਹੜੀਆਂ ਵਰਲਡ ਗਵਰਨਮੈਂਟਸ ਹਨ ਉਹ ਇਹਨਾਂ ਦੇ ਪ੍ਰੋਗਰਾਮ ਬਣਾਉਂਦੀਆਂ ਯੂਨਾਈਟਿਡ ਨੇਸ਼ਨ ਪ੍ਰੋਗਰਾਮ ਬਣਾਉਂਦਾ ਗਰੀਬੀ ਨੂੰ ਹਟਾਉਣ ਵਾਸਤੇ ਸੋ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਜੀ ਜੀ ਬਾਈਬਸ ਸਾਬ ਫਿਰ ਮੇਰਾ ਕੁਐਸਚਨ ਉੱਥੇ ਆ ਗਿਆ ਕਿ ਵੈਸਟਰਨ ਵਰਲਡ ਹੈ ਜਿਹੜਾ ਵੈਸਟਰਨ ਵਰਲਡ ਉਹਦੇ ਵਿੱਚ ਗਰੀਬੀ ਜਿਹੜੀ ਆ ਉਹਦਾ ਟੋਟਲ ਆਂਕੜਾ ਉਹ ਘਟ ਹੈ ਜੇ ਆਪਾਂ ਚਲੇ ਜਾਈਏ ਏਸ਼ੀਆ ਦੇ ਵਿੱਚ ਆ افਰੀਕਾ ਦੇ ਵਿੱਚ ਉੱਥੇ ਜਿਹੜੀ ਗਰੀਬੀ ਹੈ ਬਹੁਤ ਜ਼ਿਆਦਾ ਆ ਕਾਰਨ ਰੀਜ਼ਨ ਪਪੂਲੇਸ਼ਨ ਹੋ ਸਕਦੀ ਆ ਪਰ ਤੁਸੀਂ ਦੱਸੋ ਕਿ ਉਹ ਪਮਾਨਾ ਉੱਥੇ ਵੀ ਕੰਮ ਕਰ ਰਿਹਾ ਇੱਥੇ ਵੀ ਕਰ ਰਿਹਾ ਪਰ ਉਹ ਜਿਹੜੀ ਟੋਟੈਲਿਟੀ ਆ ਟੋਟੈਲਿਟੀ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਕਿ ਉੱਥੇ ਉਹਨਾਂ ਕੰਟਰੀਆਂ ਦੇ ਵਿੱਚ ਉਹਨਾਂ ਜਿਹੜਾ ਵਰਲਡ ਦਾ ਉਹ ਪਾਰਟ ਆ ਉੱਥੇ ਗਰੀਬੀ ਕਿਉਂ ਜ਼ਿਆਦਾ ਹੈ ਦੇਖੋ ਜੀ ਹਰ ਕੰਟਰੀ ਚ ਦੋ ਜਾਂ ਤਿੰਨ ਸਿਸਟਮਿਕ ਕਾਮਨ ਹੁੰਦੇ ਆ ਜੀ ਹੁਣ ਜਿਵੇਂ ਆਪਾਂ ਅਫਰੀਕਨ ਕੰਟਰੀ ਚ ਬਹੁਤ ਅਤ ਦੀ ਗਰੀਬੀ ਹੈ ਜੀ ਦੁਨੀਆ ਦੀਆਂ ਉਹ ਜਿਹੜੀਆਂ ਕੰਟਰੀਜ਼ ਐ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਬਹੁਤ ਪੂਰ ਹੈ ਔਰ ਈਵਨ ਆਪਣੀਆਂ ਜਿਹੜੀਆਂ ਇੰਡੀਅਨ ਸਬ ਕੰਟੀਨੈਂਟ ਹੈ ਜਿੱਥੇ ਆਪਣਾ ਇੰਡੀਆ ਵੀ ਹੈ ਪਾਕਿਸਤਾਨ ਹੈ ਬੰਗਲਾਦੇਸ਼ ਹੈ ਔਰ শ্রীলੰਕਾ ਹੈ ਜੀ ਸੋ ਇਹ ਚੀਜ਼ ਹੈ ਇਹ ਦੋ ਤਰ੍ਹਾਂ ਦੀ ਗਰੀਬੀ ਹੁੰਦੀ ਹੈ ਜੀ ਇੱਕ ਤਾਂ ਇੰਸਟੀਚੂਨਲ ਹੈ ਇਹਦਾ ਮਤਲਬ ਹੈ ਐਜੂਕੇਸ਼ਨ ਸਿਸਟਮ ਹੈ ਨਹੀਂ ਗੇ ਐਜੂਕੇਸ਼ਨ ਇੰਸਟੀਚੂਸ਼ਨਸ ਹੈ ਨਹੀਂ ਫਿਰ ਆਪਣੇ ਹੈਲਥ ਦਾ ਪ੍ਰੋਗਰਾਮ ਨਹੀਂ ਹੈ ਇਹ ਇੰਸਟੀਚੂਸ਼ਨਸ ਹੈ ਔਰ ਦੂਜੀ ਇਹਦੇ ਚ ਇੱਕ ਹੋਰ ਆ ਜਾਂਦੀ ਹੈ ਉਹਨੂੰ ਕਹਿੰਦੇ ਆ ਸੋਸ਼ਲ ਫਰੈਜੈਲਿਟੀ ਵੀ ਸਮਾਜੀ ਤੌਰ ਤੇ ਜਿਹੜੀ ਝਗੜੇ ਗਵਰਨਮੈਂਟ ਦੀ ਕਰਪਸ਼ਨ ਵਾਇਲੈਂਸ ਜਿਵੇਂ ਹੁਣ ਯਮਨ ਤੇ ਸੀਰੀਆ ਦਾ ਜਿਹੜਾ ਏਰੀਆ ਖਾਸ ਕਰਕੇ ਦੁਨੀਆ ਦਾ ਉਹ ਬਹੁਤ ਡਿਸਟਰਬ ਹੈ ਔਰ ਉਹਦੇ ਉੱਥੇ ਅੱਜ ਜਿਹੜੇ 82% ਲੋਕ ਆ ਸਰੀਆ ਚ ਉਹ ਇੱਕ ਗਰੀਬੀ ਲਾਈਨ ਤੋਂ ਥੱਲੇ ਰਹਿ ਰਹੇ ਆ ਸੋ ਉਹ ਉਹਨਾਂ ਦਾ ਜਿਹੜਾ ਡਾਇਰੈਕਟਰ ਰਿਲੇਸ਼ਨ ਹੈ ਉਹ ਉੱਥੇ ਜਿਹੜਾ ਉਹਨਾਂ ਦਾ ਆਪਣਾ ਲਾ ਇਨਫੋਰਮੈਂਟ ਹੈ ਉਹਦੀ ਬ੍ਰੇਕ ਹੋਈ ਹੈ ਜੀ ਲੁੱਟਾਂ ਖੋਹਾਂ ਹੈ ਲੋਕਾਂ ਨੂੰ ਆਪਣੀ ਹਿਫਾਜ਼ਤ ਨਹੀਂ ਹੈ ਉਹਨਾਂ ਦੇ ਜਾਨ ਤੇ ਮਾਲ ਦੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਮਿਲਾਉਨੇ ਆ ਤਾਂ ਇਹ वाजਵਾ ਸਾਹਿਬ ਤੁਸੀਂ ਐਲੈਬਰੇਟ ਬਹੁਤ ਸੋਹਣਾ ਕੀਤਾ ਕਿ ਉੱਥੇ ਲੁੱਟਾਂ ਖੋਹਾਂ ਹੈ ਗਵਰਨਮੈਂਟ ਇੰਨਾ ਜ਼ਿਆਦਾ ਧਿਆਨ ਨਹੀਂ ਦੇ ਰਹੀ ਪਰ ਇੱਥੇ ਕੁਐਸਚਨ ਹੋਰ ਬਹੁਤ ਖੜੇ ਹੋ ਜਾਂਦੇ ਨੇ ਪਰ ਆਪਾਂ ਰੁਕਣਾ ਪੈ ਰਿਹਾ ਇੱਕ ਕੁਇਕ ਬ੍ਰੇਕ ਲਈ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਜਿਹੜੇ ਕਿ ਉੱਚੇ ਚੇ ਤੌਰ ਤੇਓ ਸ਼ਿਕਾਗੋ ਤੋਂ ਸਾਡੇ ਸਟੂਡੀਓ ਆਏ ਹੋਏ ਨੇ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਇਸੇ ਤਰ੍ਹਾਂ ਬਣੇ ਰਹੋ ਚਾਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਆਪਣੇ ਨਾਲ ਬੜੇ ਹੋਏ ਨੇ ਮਾਨਯੋਗ ਡਾਕਟਰ ਰਸ਼ਪਾਲ ਸਿੰਘ ਬਾਜਵਾ ਜਿਹੜੇ ਕਿ ਉੱਚੇ ਤੌਰ ਤੋਂ ਉੱਥੋਂ ਸ਼ਿਕਾਗੋ ਤੋਂ ਚੱਲ ਕੇ ਸਾਡੇ ਸਟੂਡੀਓ ਆਏ ਨੇ ਬਹੁਤ ਇੰਪੋਰਟੈਂਟ ਇਸ਼ੂ ਤੇ ਅਸੀਂ ਗੱਲ ਕਰ ਰਹੇ ਆ ਪਾਉਰਟੀ ਐਂਡ ਹੰਗਰ ਯਾਨੀ ਕਿ ਗਰੀਬੀ ਤੇ ਪੁੱਖ ਕਿਉਂਕਿ ਹਰ ਬੰਦੇ ਨੂੰ ਰੋਟੀ ਕੱਪੜਾ ਔਰ ਮਕਾਨ ਚਾਹੀਦਾ ਹੁੰਦਾ ਆ ਪਰ ਉਸ ਤੋਂ ਉੱਪਰ ਜਿਹੜੀਆਂ ਚੀਜ਼ਾਂ ਉਹ ਬਾਦ ਦੀਆਂ ਗੱਲਾਂ ਨੇ ਇਹ ਕਿਉਂ ਕੀ ਕਾਰਨ ਹੈ ਕਿ ਛੋਟੀਆਂ ਕੁਝ ਕੰਟਰੀ ਵਰਲਡ ਦੇ ਕੁਝ ਹਿੱਸਿਆਂ ਦੇ ਵਿੱਚ ਗਰੀਬੀ ਜ਼ਿਆਦਾ ਹੈ ਕੁਝ ਹਿੱਸਿਆਂ 'ਚ ਘੱਟ ਹੈ ਉਹਦੇ ਉੱਤੇ ਬਾਜੂਆ ਸਭ ਤੁਸੀਂ ਬਹੁਤ ਸੋਹਣਾ ਲੈਬਰੇਟ ਕੀਤਾ ਪਰ ਮੈਨੂੰ ਇਹ ਦੱਸੋ ਕਿ ਆ ਗਵਰਨਮੈਂਟਾਂ ਧਿਆਨ ਨਹੀਂ ਦੇ ਰਹੀਆਂ এনवायरमेंट ਦੀ ਪ੍ਰੋਬਲਮ ਹੈ ਤੁਸੀਂ ਮੈਨੂੰ ਦੱਸੋ ਕਿ ਹੋਰ ਕੀ ਕੀ ਕਾਰਨ ਹੈ ਕਿ ਉਹਨਾਂ ਹਿੱਸਿਆਂ ਦੇ ਵਿੱਚ ਜਿਹੜਾ ਹੈ ਗਰੀਬੀ ਹੈ ਉਹ ਬਹੁਤ ਜ਼ਿਆਦਾ ਤੇ ਇਧਰ ਵੈਸਟਰਨ ਵਰਲਡ 'ਚ ਘੱਟ ਹੈ ਅਗਰ ਨਾਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਇਹ ਜਿਹੜੀ ਗਰੀਬੀ ਹੈ ਇਹ ਇੱਕ ਮਲਟੀ ਡਾਈਮੈਂਸ਼ਨਲ ਹੈ ਜੀ ਇਹਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਇਹ ਸਿਰਫ ਬਈ ਆ ਇਨਕਮ ਹੈ ਜਾਂ ਦੂਜਾ ਹੈ ਇਹਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਇਹਦੇ ਚ ਇਹ ਆਉਂਦੀ ਹੈ ਵੀ ਜਿਹੜੇ ਰਿਸੋਰਸਸ ਐ ਉਹਨਾਂ ਦੀ ਅਵੇਲੇਬਿਲਟੀ ਕਿੰਨੀ ਹੈ ਜੀ ਉਹਨਾਂ ਤੱਕ ਸਾਡੀ ਐਕਸੈਸ ਕਿੰਨੀ ਹੈ ਕੀ ਸਾਡਾ ਇਨਫਰਾਸਟ੍ਰਕਚਰ ਹੈਗਾ ਅਸੀਂ ਉੱਥੇ ਪਹੁੰਚ ਸਕਦੇ ਹਾਂ ਕੀ ਸਾਡੇ ਸਕੂਲ ਜਿਹੜੇ ਆ ਉਹ ਔਨਫ ਸਾਨੂੰ ਸਕਿੱਲਸ ਦਿੰਦੇ ਆ ਜੀ ਔਰ ਉਸ ਤੋਂ ਅੱਗੇ ਕੀ ਸਾਨੂੰ ਜਿਹੜੀ ਹੈਲਥ ਦੀ ਚੀਜ਼ਾਂ ਆ ਉਹ ਮਿਲਦੀਆਂ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇਹ ਜਿਹੜਾ ਗਰੀਬੀ ਦਾ ਇੰਡੈਕਸ ਵੀ ਗਣਦੇ ਆ ਉਹ ਮਲਟੀ ਡਾਈਮੈਨਸ਼ਨਲ ਇੰਡੈਕਸ ਆ ਕਈ ਚੀਜ਼ਾਂ ਨੂੰ ਇਨਕਮ ਚੀਜ਼ਾਂ ਦੀ ਕੀਮਤ ਦੂਜੀਆਂ ਅਵੇਲੇਬਿਲਟੀ ਉਹ ਸਾਰੀਆਂ ਰਲਾ ਕੇ ਤੇ ਮੁੜ ਕੇ ਕੈਲਕੂਲੇਟ ਕੀਤਾ ਜਾਂਦਾ ਹੁਣ ਆਪਾਂ ਉਥੋਂ ਗੱਲ ਕਰਦੇ ਸੀ ਵੀ ਜਿਹੜੀਆਂ ਕੰਟਰੀਆਂ ਦੇ ਵਿੱਚ ਘੱਟ ਹੈ ਜਾਂ ਜਿੱਥੇ ਬਿਲਕੁਲ ਪੂਰ ਹੈ ਉਥੇ ਫਿਰ ਗਵਰਨਮੈਂਟ ਦੇ ਜਿਹੜੇ ਪ੍ਰੋਗਰਾਮ ਆ ਉਹ ਵੀ ਨਹੀਂ ਪੂਰੇ ਔਰ ਮੁੜ ਕੇ ਫਿਰ ਵਾਇਲੈਂਸ ਤੇ ਦੂਜੀਆਂ ਚੀਜ਼ਾਂ ਵੀ ਹੈ ਜੀ ਜੀ ਬਾਜੂ ਸਾਹਿਬ ਇਸ ਦੇ ਵਿੱਚੋਂ ਹੀ ਇੱਕ ਕੁਐਸਚਨ ਮੇਰਾ ਫੇਰ ਖੜਾ ਹੋ ਗਿਆ ਕਿ ਜੇ ਆਪਾਂ ਹੋਰ ਕੰਟਰੀ ਨੂੰ ਛੱਡ ਕੇ ਜੇ ਆਪਾਂ ਇੰਡੀਆ ਤੇ ਹੀ ਚਲੇ ਜਾਈਏ ਤਾਂ ਮੈਨੂੰ ਇਹ ਦੱਸੋ ਕਿ ਲੋਕ ਪਿੰਡਾਂ ਛੁੱਟ ਕੇ ਸ਼ਹਿਰਾਂ ਚਾਹੁੰਦੇ ਆ ਮੰਨਦੇ ਹੋ ਤੁਸੀਂ ਪਰ ਸ਼ਹਿਰਾਂ ਚ ਆ ਕੇ ਉਹਨਾਂ ਨੂੰ ਹਰ ਚੀਜ਼ ਮੁੱਲ ਦੀ ਲੈਣੀ ਪੈਂਦੀ ਹੈ ਗੱਲ ਗੱਲ ਕਿ ਉਹ ਗਰੀਬੀ ਦੂਰ ਕਰਨ ਹੁੰਦੇ ਪਰ ਜਿਹੜਾ ਟੋਟੈਲਿਟੀ ਚ ਦੇਖੀਏ ਤਾਂ ਉਹਨਾਂ ਨੂੰ ਉਹ ਉੱਥੇ ਜਾ ਕੇ ਇੱਕ ਤਾਂ ਲਾਈਫ ਸਟਾਈਲ ਉਹਨਾਂ ਦਾ ਲੋ ਹੋ ਜਾਂਦਾ ਹੈ ਬਿਮਾਰੀ ਠਮਾਰੀ ਚੌਕੀ ਘਰੇ ਰਹਿੰਦੇ ਆ ਉਹਦੇ ਉੱਤੇ ਖਰਚਾ ਜ਼ਿਆਦਾ ਹੁੰਦਾ ਹੋ ਸਕਦਾ ਉਹਨਾਂ ਦੇ ਸਾਧਨ ਜ਼ਿਆਦਾ ਹੋਣ ਉੱਥੇ ਕਿਸੇ ਫੈਕਟਰੀਆਂ ਦਾ ਕਰਕੇ ਕੋਈ ਇੰਡਸਟਰੀ ਦਾ ਕਰਕੇ ਪਰ ਉਹਨਾਂ ਖਰਚਾ ਜ਼ਿਆਦਾ ਹੋ ਜਾਂਦਾ ਗਰੀਬੀ ਦਾ ਜਿਹੜਾ ਲੈਵਲ ਹੈ ਉਹ ਤਾਂ ਉੱਥੇ ਹੀ ਰਹਿ ਗਿਆ ਇਤੋਂ ਚੰਗਾ ਨਹੀਂ ਕਿ ਉਹ ਪਿੰਡਾਂ ਚ ਰਹਿਣ ਤੁਸੀਂ ਇਹਦਾਂ ਕੀ ਕਹਿਣਾ ਚਾਹੋਗੇ ਦੇਖੋ ਗੁਰਨਾਲ ਜੀ ਗਰੀਬੀ ਪਿੰਡ ਦੇ ਵਿੱਚ ਹੈ ਤੇ ਚਾਹੇ ਉਹ ਸ਼ਹਿਰ ਦੇ ਵਿੱਚ ਜੀ ਪਿੰਡ ਦੇ ਵਿੱਚ ਐਟਲੀਸਟ ਜਿਹੜੀ ਉਹਨਾਂ ਦੀ ਲਿਵਿੰਗ ਹੈ ਉਹ ਥੋੜੀ ਸੌਖੀ ਹੈ ਜੀ ਉਹ ਜਿਵੇਂ ਹੁਣ ਛੋਟੇ ਛੋਟੇ ਹੋਰ ਕੰਮ ਕਰ ਲੈ ਰੋਟੀ ਪਾਣੀ ਦਾ ਸਾਧਨ ਲੱਭ ਗਾ ਪਰ ਇਹ ਤੋਂ ਸਿਚੁਏਸ਼ਨ ਜਿਹੜੀ ਅੱਗੋਂ ਆਉਂਦੀ ਹੈ ਜੀ ਭਾਈ ਜਿਹੜੀ ਇਨਕਮ ਹੈ ਇਨਕਮ ਨੂੰ ਜਨਰੇਟ ਕਰਨ ਵਾਸਤੇ ਸ਼ਹਿਰਾਂ ਦੇ ਵਿੱਚ ਉਹ ਜਾਂਦੇ ਆ ਪਰ ਉਹ ਬਹੁਤ ਰਾਲ ਲੇਬਰ ਹੈ ਉਹਨਾਂ ਕੋਲ ਕੋਈ ਐਜੂਕੇਸ਼ਨਲ ਸਕਿੱਲ ਨਹੀਂ ਹੈ ਉਹ ਕਿਸੇ ਮੇਨਸਟ੍ਰੀਮ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਉਹ ਹੁਣ ਸਲਮਜ਼ ਐ ਜਿਵੇਂ ਬੰਬੇ 'ਚ ਹੈ ਕੈਲਕਟਾ 'ਚ ਵੈਸਟ ਬੰਗਾਲ ਇੰਡੀਆ ਦੀ ਇੱਕ ਹੈ ਜੀ ਸਟੇਟ ਹੈ ਜਿੱਥੋਂ ਬਹੁਤ ਸਾਰੇ ਲੋਕ ਪਿੰਡਾਂ 'ਚੋਂ ਜਾ ਕੇ ਸ਼ਹਿਰਾਂ 'ਚ ਆਏ ਈਵਨ ਜਿਹੜੇ ਆਂਕੜੇ ਵੀ ਆ ਪਿਛਲੇ 50 ਸਾਲ ਦੇ ਜੀ ਉਹ ਜਿੰਨੇ ਲੋਕ ਪਿੰਡਾਂ 'ਚੋਂ ਉੱਠ ਕੇ ਸ਼ਹਿਰ 'ਚ ਗਏ ਆ ਉਹਨਾਂ ਨੂੰ ਸਰਪਲਸ ਲੋਕਾਂ ਨੂੰ ਜਿੰਨੀ ਸਾਡੀ ਇੰਡਸਟਰੀ ਤੇ ਸਰਵ ਸੈਕਟਰ ਦੀ ਗਰੋਥ ਸੀਗੀ ਉਹ ਉਹਨਾਂ ਨੂੰ ਅਬਜ਼ਰਵ ਨਹੀਂ ਕਰ ਸਕੇ ਜਸਟ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਜੀ 1950 ਦੇ ਵਿੱਚ ਐਗਰੀਕਲਚਰ ਚ ਲੋਕ ਜਿਹੜੇ ਕੰਮ ਕਰਦੇ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ 70% ਸੀ ਜੀ ਔਰ ਜਿਹੜੀ ਸਾਡੀ ਜੀਡੀਪੀ ਸੀ ਉਤੋਂ ਉਹ 50% ਸੀ ਉਹ ਅਗਲੇ 50 ਸਾਲਾਂ ਚ 2001 ਚ ਉਹ ਜੀਡੀਪੀ ਤੇ ਜਿਹੜੀ ਸੀਗੀ ਉਹ ਤਾਂ 25% ਤੇ ਆ ਗਈ 2000 ਪਰ ਜਿਹੜੇ ਲੋਕ ਨੌਕਰੀ ਵਾਸਤੇ ਸੀ ਉਹ ਹਾਲੇ ਵੀ 58% ਜਿਹੜੇ ਸੀ ਉਹ ਖੇਤੀ ਜੀ ਕੰਮ ਕਰ ਰਹੇ ਬਾਜੀ ਸਰ ਇਹ ਮੈਂ ਤੁਹਾਨੂੰ ਰੋਕ ਰਿਹਾ ਇਹਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਵੀ ਜੀ ਡੀ ਪੀ ਜਦੋਂ ਤੁਸੀਂ ਗੱਲ ਕਰ ਦਿੰਦੇ ਆ ਗ੍ਰੈਂਡ ਡਿਵੈਲਪਮੈਂਟ ਪਰਸੈਂਟ ਹਾਂਜੀ ਇਹ ਅਡਡ ਕੰਟਰੀਆਂ ਦੀ ਅਡਡ ਅਲੱਗ ਤਰੀਕੇ ਨਾਲ ਕੈਲਕੂਲੇਟ ਹੁੰਦੀ ਹੈ ਕਿ ਇਹ ਵੀ ਇੱਕ ਕਾਮਨ ਉਹ ਤਰੀਕਾ ਸੇਮ ਹੀ ਹੈ ਜੀ ਔਰ ਉਹ ਤੁਹਾਡੇ ਤੁਹਾਡੇ ਰੁਪਏ ਆ ਨਾ ਡਾਲਰ ਤਰੀਕਾ ਇਹ ਹੈ ਕਿ ਕਿਸੇ ਕੰਟਰੀ ਦੀ ਜੀ ਟੋਟਲ ਵੈਲਿਊ ਜਿਹੜੀ ਹੈ ਜੀ ਉਹ ਚਾਹੇ ਐਗਰੀਕਲਚਰ ਤੋਂ ਚਾਹੇ ਫੂਡ ਤੋਂ ਚਾਹੇ ਲਾਈਫਸਟਾਕ ਤੋਂ ਚਾਹੇ ਸਰਵ ਸੈਕਟਰ ਤੋਂ ਚਾਹੇ ਆਪਣੇ ਇੰਡਸਟਰੀ ਸੈਕਟਰ ਤੋਂ ਉਹ ਸਾਰੀ ਚੀਜ਼ਾਂ ਨੂੰ ਇਕੱਠਾ ਕਰ ਦਿੰਦੇ ਆ ਉਹ ਫਰਜ਼ ਕਰੋ ਇੱਕ ਨੰਬਰ ਆ ਗਿਆ ਜੀ ਜੀ ਔਰ ਉਹਨੂੰ ਫਿਰ ਆਪਾਂ ਡਿਵਾਈਡ ਕਰ ਦੇਣਾ ਕੰਟਰੀ ਦੇ ਲੋਕਾਂ ਦੀ ਗਿਣਤੀ ਨਾਲ ਹੁਣ ਜਿਵੇਂ ਅਮਰੀਕਾ ਹੈ ਜੀ ਅਮਰੀਕਾ ਨੇ ਜਦੋਂ ਸਾਰੇ ਸੈਕਟਰਾਂ ਚੋਂ ਕੀਤਾ ਇਹਨਾਂ ਨੇ ਡਿਵਾਈਡ ਕਰਨਾ 330 ਮਿਲੀਅਨ ਨਾਲ ਇੰਡੀਆ ਨੇ ਜੇ ਇਕੱਠਾ ਕੀਤਾ ਜੀ ਜੀ ਉਹਨਾਂ ਨੇ ਜਦੋਂ ਇਕੱਠਾ ਕਰ ਲਿਆ ਉਹਨਾਂ ਨੇ ਡਿਵਾਈਡ ਕਰਨਾ 1.4 ਬਿਲੀਅਨ ਜਾ 1.3 ਬਿਲੀਅਨ ਸਾਡੀ ਪਾਪੂਲੇਸ਼ਨ ਉਹ ਫਿਰ ਨੰਬਰ ਕੱਟ ਜਾਂਦਾ ਜੀ ਜੀ ਚਲ ਗੋਇੰਗ ਬੈਕ ਟੂ ਵੈਸਟ ਬੰਗਾਲ ਜਿੱਦਾਂ ਤੁਸੀਂ ਗੱਲ ਪਰਸੈਂਟੇਜ ਦੀ ਕਰ ਰਹੇ ਸੀਗੇ ਕਿ 25 ਜਾਂ 30% ਐਦਾਂ ਉਦਾਂ ਤੇ ਤੁਸੀਂ ਉਹ ਵੈਸਟ ਬੰਗਾਲ ਨੂੰ ਹੀ ਬੇਸ ਰੱਖ ਕੇ ਤੁਸੀਂ ਅੱਗੇ ਵਧੋ ਕਿ ਕੀ ਕਾਰਨ ਹੈ ਕਿ ਉਹ ਕਲਕੱਤਾ ਸਿਟੀ ਚ ਜੇ ਆਪਾਂ ਲੈ ਲਈਏ ਜਾਂ ਮੁੰਬਈ ਚ ਲੈ ਲਈਏ ਲੋਕ ਕੰਮ ਕਰਨ ਤਾਂ ਆਉਂਦੇ ਪਰ ਗਰੀਬੀ ਤਾਂ ਉੱਪਰ ਨਹੀਂ ਉੱਠ ਸਕਦੀ ਕੀ ਫਿਰ ਉਹ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਵੀ ਜਿਹੜੀ ਰਾ ਲੇਬਰ ਹੈ ਜੀ ਉਹਦੀ ਮਾਰਕੀਟ ਅੱਜ ਕੱਲ ਇੰਡਸਟਰੀ ਨੇ ਮਸ਼ੀਨ ਨੇ ਆ ਕੇ ਘਟਾਤੀ ਹੈ ਜੀ ਜੀ ਕੰਪਿਊਟਰ ਸਕਿਲਸ ਐ ਉਹਨੂੰ ਚਲਾਉਣ ਵਾਸਤੇ ਜੀ ਜਿਨਾਂ ਚਿਰ ਅਸੀਂ ਐਜੂਕੇਸ਼ਨ ਜਾਂ ਲੋਕਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਨਹੀਂ ਦਿੰਦੇ ਜੀ ਉਹਨਾਂ ਚਿਰ ਉਸ ਇੰਡਸਟਰੀ ਦੇ ਵਿੱਚ ਗਰੋਥ ਹੋ ਰਹੀ ਆ ਇੰਡਸਟਰੀ ਚ ਜ਼ਿਆਦਾ ਗਰੋਥ ਹੋ ਰਹੀ ਆ ਸਰਵਿਸ ਸੈਕਟਰ ਚ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬੈਂਕਿੰਗ ਉਹਦੇ ਵਿੱਚ ਜਿਹੜੀ ਰਾਲ ਲੇਬਰ ਪਿੰਡਾਂ ਤੋਂ ਉੱਠ ਕੇ ਆਉਂਦੀ ਐ ਜੀ ਉਹਦੀ ਤਾਂ ਲੋੜ ਹੈ ਨਹੀਂ ਉਥੇ ਉਹ ਉਹਦੇ ਚ ਫਿੱਟ ਨਹੀਂ ਹੋ ਸਕਦੇ ਸੋ ਇਸ ਕਰਕੇ ਉਹ ਸਲਮ ਲਾਈਫ ਚ ਹੋ ਜਾਂਦੇ ਆ ਉੱਥੇ ਆ ਕੇ ਰਹਿ ਗਏ ਹਾਂ ਕੰਮ ਜ਼ਰੂਰ ਉੱਥੇ ਮਿਲ ਜਾਂਦਾ ਪਰ ਜਿਹੜੀ ਆ ਉਹਦੀ ਇਨਕਮ ਜਾਂ ਦੂਜੀ ਘਟ ਹੈ ਤੇ ਉਹ ਆਪਣੇ ਘਰ ਬੱਚਿਆਂ ਨੂੰ ਇਹ ਜਿਹੜੀ ਗਰੀਬੀ ਆ ਇੱਕ ਸਾਈਕਲ ਹੈ ਜੀ ਜੀ ਅਗਰ ਇੱਕ ਪੂਰ ਬੰਦਾ ਗਰੀਬੀ ਚ ਜੰਮਿਆ ਜੀ ਉਹਦੇ ਕੋਲ ਆਪਣੀ ਸਕਿੱਲ ਤਾਂ ਆਏ ਨਹੀਂ ਸੀ ਜੀ ਉਹਦੇ ਕੋਲ ਮੁੜ ਕੇ ਇੰਨੇ ਪੈਸੇ ਨਹੀਂ ਹੋਏ ਉਹ ਆਪਣੇ ਬੱਚਿਆਂ ਨੂੰ ਵੀ ਨਹੀਂ ਪੜਾ ਸਕਿਆ ਫਿਰ ਜਿਹੜਾ ਪੇਰੈਂਟ ਸੀਗਾ ਉਹ ਚਾਈਲਡ ਦੀ ਮੁੜ ਕੇ ਪੂਰ ਜਿਹੜਾ ਫਾਦਰ ਬਣ ਜਾਂਦਾ ਅੱਗੋਂ ਉਹਦੇ ਬੱਚੇ ਗਰੀਬ ਪੈਦਾ ਹੁੰਦੇ ਆ ਫਿਰ ਇਹਦੇ ਨਾਲ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਹੀ ਰਹਿੰਦੀ ਸੋ ਗਵਰਨਮੈਂਟਸ ਨੂੰ ਯਾਦਾ ਧਿਆਨ ਦੇਣਾ ਚਾਹੀਦਾ ਹੈ ਐਜੂਕੇਸ਼ਨ ਪ੍ਰੋਵਾਈਡ ਕਰਨ ਦੀ ਇਹਨਾਂ ਲੋਕਾਂ ਨੂੰ ਔਰ ਇਹਨਾਂ ਲੋਕਾਂ ਨੂੰ ਕੋਈ ਸਕਿੱਲਸ ਦੇਣ ਦੀ ਉਹ ਉਹਦਾ ਨਾਲ ਹੋਰ ਕੋਈ ਸਾਧਨ ਨਹੀਂ ਹੈ ਸਾਧਨ ਅੱਬਾ ਜੀ ਉਹ ਸਾਬ ਕਿਤੇ ਇਹ ਵੀ ਚੀਜ਼ ਪਿਚਨ ਕਰਦੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਹੈ ਪੋਪੂਲੇਸ਼ਨ ਜਿਹੜੀ ਜਦੋਂ ਪੋਪੂਲੇਸ਼ਨ ਫੋਰ ਐਗਜ਼ਾਮਪਲ ਪਰ ਦੇਸ਼ ਮਹਾਨ ਨੂੰ ਲੈ ਲਈਏ ਜਦੋਂ ਇੰਨੀ ਜਿਆਦਾ ਪਾਪੂਲੇਸ਼ਨ ਹੋਊਗੀ ਗਵਰਨਮੈਂਟ ਨੂੰ ਜਿਹੜਾ ਰੈਵਨਿਊ ਇੰਨਾ ਨਹੀਂ ਆ ਰਿਹਾ ਤੇ ਰਿਸੋਰਸ ਇਨਫ ਨਹੀਂ ਦੇ ਰਹੀ ਤਾਂ ਕਿ ਬੱਚੇ ਜਿਹੜੇ ਹੋਰ ਪੜ ਸਕਣ ਤੇ ਪੜ ਕੇ ਹੀ ਗਰੀਬੀ ਦੂਰ ਮੰਨ ਲਓ ਕੋਈ ਗਰੀਬ ਦਾ ਬੱਚਾ ਜੇ ਪੜ ਵੀ ਜਾਵੇ ਤਾਂ ਮੋਰੇ ਨੌਕਰੀ ਹੈ ਨੀਗੀ ਕਿ ਇਸ ਚੀਜ਼ ਨੂੰ ਤੁਸੀਂ ਕਿਦਾਂ ਲੈ ਰਹੇ ਹੋ ਸੋ ਮੈਂ ਇਸ ਤਰ੍ਹਾਂ ਦੇਖੋ ਉੱਥੇ ਪਾਪੂਲੇਸ਼ਨ ਤਾਂ ਜ਼ਰੂਰ ਹੈਗੀ ਹੈ ਜੀ ਪਰ ਸਾਡੀਆਂ ਗਵਰਨਮੈਂਟਸ ਦੀਆਂ ਜਿਹੜੀਆਂ ਪਲਾਨ ਸੀਗੀਆਂ ਜਾਂ ਜਿਹੜੀਆਂ ਪਾਲਿਸੀਸ ਸੀਗੀਆਂ ਜੀ ਅਗਰ ਅਸੀਂ ਉਹਨਾਂ ਨੂੰ ਕਿਸੇ ਪ੍ਰਾਇੋਰਟੀ ਦੇ ਲਿਹਾਜ਼ ਨਾਲ ਚੱਲਦੇ ਜੀ ਜੀ ਤੇ ਇਹ ਸਾਡਾ ਇੱਕ ਜਿਹੜੀ ਜਿਆਦਾ ਪਾਪੂਲੇਸ਼ਨ ਸੀ ਹੁਣ ਸਾਡੇ ਵਾਸਤੇ ਇਹ ਟਰੈਪ ਬਣਿਆ ਪਿਆ ਹੁਣ ਇਹ ਸਾਨੂੰ ਥੱਲੇ ਨੂੰ ਖਿੱਚ ਰਿਹਾ ਅਗਰ ਅਸੀਂ ਇਹੋ ਜਿਹੇ ਪਾਲਿਸਿਸ ਬਣਾਉਂਦੇ ਇਹਨਾਂ ਸਾਰਿਆਂ ਨੂੰ ਯੂਜ਼ ਕਰਦੇ ਇਹਨਾਂ ਨੂੰ ਅਸੀਂ ਐਜੂਕੇਸ਼ਨ ਦਿੰਦੇ ਇਹ ਪੜ੍ਹਾਈ ਚਾਹੁੰਦੇ ਜਿਵੇਂ ਹੁਣ ਵੇਖੋ ਆਪਣੀ ਆਈਟੀ ਹੈ ਜੀ ਇੰਡੀਆ 'ਚੋਂ ਬਹੁਤ ਲੋਕ ਆਉਂਦੇ ਆ ਬੜੀਆਂ ਬੜੀ ਅੱਛੀ ਉਹ ਲਿਵਿੰਗ ਬਣਾਉਂਦੇ ਆ ਪਰ ਅਸੀਂ ਜਿਹੜੇ ਥਲਵੇਂ ਲੋਕ ਸੀਗੇ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਮੇਰੇ ਵਾਸਤੇ ਤੇ ਜਿਹੜੇ ਰਿਸੋਰਸ ਪੂਰ ਲੋਕ ਹੈ ਮੈਨੂੰ ਉਹਨਾਂ ਨਾਲ ਬਹੁਤ ਪਿਆਰ ਹੈ ਕਿਉਂਕਿ ਉਹਨਾਂ ਨੂੰ ਵੀ ਜ਼ਿੰਦਗੀ 'ਚ ਇਸ ਬਰਥ ਤੋਂ ਬਾਅਦ ਇੱਕ ਐਕਸਪੀਰੀਅੰਸ ਫੁੱਲਫਿਲ ਕਰਨਾ ਚਾਹੀਦਾ ਹੈ ਉਹ ਵੀ ਦੁਨੀਆ 'ਚ ਸਾਡੇ ਵਾਂਗੂ ਰਹਿ ਰਹੇ ਸੋ ਇਹ ਇਹ ਜਿਹੜੇ ਸਾਡੇ ਹਣ ਉੱਤੇ ਦੇ ਲੋਕ ਹੈ ਜਿਵੇਂ 5 ਇਅਰਸ ਪਲਾਨ ਬਣਾਉਂਦੇ ਆ ਉਹ ਅਗਰ ਐਜੂਕੇਸ਼ਨ 'ਚ ਦੂਜੇ ਪਾਸੇ ਰੱਖਣ ਉਹਨੂੰ ਰੀਆਰਗੇਨਾਈਜ਼ ਕਰ ਲੈਣਾ ਚਾਹੀਦਾ ਸੋ ਆਪਣੇ ਵੀ ਮੈਲਟਡਾਊਨ ਹੋ ਗਿਆ ਸੀ 2009 'ਚ ਹਾਨੂੰ ਪਤਾ ਬਿਲਕੁਲ ਪਤਾ ਪਰ ਸੇ ਕੰਟਰੀ ਸੀ ਸਾਡੀ ਨੇ ਐਡਜਸਟ ਕਰ ਲਿਆ ਇਹਨਾਂ ਨੇ ਆਪਣਾ ਜਿਹੜਾ ਫਿਸਕਲ ਐਕਸਪੈਂਸ਼ਨ ਕਰ ਦਿੱਤੀ ਉਹ ਠੀਕ ਹੈ ਸਾਡੇ ਦੇ ਥੋੜੇ ਡੈਟ ਚੜ ਗਏ ਉਹ ਗਵਰਨਮੈਂਟ ਆਪਣੀ ਦੇਂਦੇ ਰਹਿੰਦੇ ਆ ਲੈਂਦੇ ਰਹਿੰਦੇ ਆ ਪਰ ਸਾਡੇ ਲੋਕਾਂ ਦੀਆਂ ਜੌਬਸ ਦੁਬਾਰਾ ਵਾਪਸ ਆ ਗਈਆਂ ਜਦੋਂ ਸਾਡੇ ਕੋਲ ਜੌਬਸ ਆ ਗਈਆਂ ਅਸੀਂ ਟੈਕਸ ਦੇਣ ਲੱਗੇ ਸਾਡੇ ਰਿਸੋਰਸ ਗਵਰਨਮੈਂਟ ਕੋਲ ਵਾਪਸ ਜਾਣ ਲੱਗੇ ਜੀ 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 ਡਾਕਟਰ ਸਾਹਿਬ ਕੁਐਸਚਨ ਫੇਰ ਇਹ ਹੈ ਕਿ ਹਰ ਬੰਦਾ ਗਵਰਨਮੈਂਟ ਆਪ ਦੇ ਵੱਲੋਂ ਵੈਸਟਰਨ ਵਰਲਡ ਲੈ ਲਓ ਤੁਸੀਂ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਡਾਕਟਰ ਸਾਹਿਬ ਅਮਰੀਕਾ ਕੈਨੇਡਾ ਜਾਂ ਯੂਰਪ ਲੈ ਲਓ ਉੱਥੇ ਗਵਰਨਮੈਂਟਸ ਕੋ ਇਨਫ ਰਿਸੋਰਸਸ ਨੇ ਇਨਫ ਰਿਸੋਰਸਸ ਨੇ ਉੱਥੇ ਪਰ ਕੀ ਕਾਰਨ ਹੈ ਕੀ ਕਾਰਨ ਹੈ ਕਿ ਕੁਝ ਪਰਸੈਂਟੇਜ ਆਫ ਪੀਪਲ ਥਰ ਸਟਿਲ ਇਨ ਪੋਵਰਟੀ ਉੱਥੇ ਕੀ ਕਾਰਨ ਹੈ ਦੇਖੋ ਗੁਰਨਾਲ ਜੀ ਇਹ ਜਿਵੇਂ 100 ਲੋਕ ਹੈ ਜੀ ਉਹ ਸਾਰਿਆਂ ਦੀ ਜਿਹੜੀ ਕੁਐਸਟ ਫਾਰ ਜਨਰੇਟਿੰਗ ਇਨਕਮ ਜਾਂ ਜਿੰਨਾ ਚਾ ਮੈਨੂੰ ਕੰਮ ਕਰਨ ਦਾ ਸਾਰਿਆਂ ਦਾ ਬਰਾਬਰ ਨਹੀਂ ਹੁੰਦਾ ਸੋ ਪਰ ਉੱਥੇ ਵੀ ਆਉਂਦਾ ਹੈ ਉਹ ਇੰਡੀਆ ਚ ਵੀ ਓਨੇ ਪਰਸੈਂਟ ਹੈ ਵਰਲਡ ਦੇ ਸਾਰੇ ਕੰਟਰੀਆਂ ਚ ਉਹ ਜਿਹੇ ਲੋਕ ਹੈਗੇ ਉੱਥੇ ਗਵਰਨਮੈਂਟ ਦੀ ਜਿਆਦਾ ਲੋਡ ਪੈਂਦੀ ਹੈ ਵੀ ਐਟ ਲੀਸਟ ਉਹਨਾਂ ਨੂੰ ਤੁਸੀਂ ਕੋਈ ਸੋਸ਼ਲ ਪ੍ਰੋਗਰਾਮ ਬਣਾਓ ਜਿਨ੍ਹਾਂ ਦੀ ਇਨਕਮ ਘਟ ਹੈ ਹੁਣ ਆਪਣੇ ਮੈਡੀਕੇਟ ਪ੍ਰੋਗਰਾਮ ਇਹ 1964 ਚ ਲਿੰਡਨ ਵੀ ਜੌਨਸਨ ਨੇ ਇਹ ਪ੍ਰੋਗਰਾਮ ਬਣਾਏ ਸੀ ਜਿਨ੍ਹਾਂ ਚ ਮੈਡੀਕੇਅਰ ਤੇ ਮੈਡੀਕੇਟ ਬਣਾਇਆ ਸੀ ਸੋਸ਼ਲ ਸਿਕਿਉਰਿਟੀ ਬਣਾਈ ਸੀ ਸੋ ਉਹਨਾਂ ਨੂੰ ਉਥੋਂ ਸੋਸ਼ਲ ਅਸਿਸਟੈਂਸ ਮਿਲਦੀ ਹੈ ਹੁਣ ਜਿਵੇਂ ਸਾਡੇ ਇੰਡੀਆ ਚ ਹੈ ਹਾਂਜੀ ਕੋਸ਼ਿਸ਼ ਤਾਂ ਉਹ ਕਰ ਰਹੇ ਆ ਉਹ ਵੀ 250 400 ਰੁਪਇਆ ਪਰ ਮਹੀਨਾ ਦਿੰਦੇ ਆ ਪਰ ਉਹ ਥੋੜਾ ਬਹੁਤ ਹੈ ਉਹਦੇ ਨਾਲ ਪੂਰਾ ਜਿਹੜਾ ਆਪਣਾ ਅੱਗੇ ਕੰਮ ਆ ਉਹ ਚੱਲਦਾ ਨਹੀਂ ਜੀ ਸੋ ਇਹ ਉਹਨਾਂ ਲੋਕਾਂ ਵਾਸਤੇ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਬਣਿਆ ਔਰ ਗਵਰਨਮੈਂਟਸ ਨੂੰ ਰੱਖਣੇ ਚਾਹੀਦੇ ਜੀ 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 ਆ ਬਾਜਵਾ ਸਾਹਿਬ ਆ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਯੂਨੋ ਵੱਲੋਂ ਇੱਕ ਪ੍ਰੋਗਰਾਮ ਹੈ ਅਜੈਂਡਾ 2030 2030 ਜਿਹੜਾ ਅਜੈਂਡਾ ਹੈ ਉਹ ਮੇਰੇ ਖਿਆਲ ਤਾਂ ਕਿ ਜਿਹੜੇ ਪ੍ਰੋਬਲਮ ਹੈ ਉਹ ਸੋਲਵ ਉਹ ਜਿਹੜਾ ਸੋਲੂਸ਼ਨ ਹੈ ਕਿ ਇਹਨੂੰ ਪਾਵਰਟੀ ਨੂੰ ਐਂਡ ਕੀਤਾ ਜਾਵੇ ਉਹ ਇਨ ਰੂਰਲ ਤੇ ਜ਼ਿਆਦਾ ਫੋਕਸ ਕਰ ਰਿਹਾ ਹੈ ਕਿ ਕਾਰਨ ਰੂਰਲ ਤੇ ਉਸ ਤੋਂ ਬਾਅਦ ਗੋਲਸ ਤੇ ਚੈਲੰਜਸ ਉਹਦੇ ਬਾਰੇ ਉਹਦੇ ਆਉਣ ਵਾਲੇ ਟਾਈਮਸ ਕੀ ਹੋਊਗੇ ਦੇਖੋ ਜੀ ਜਦੋਂ ਵੀ ਤੁਸੀਂ ਇਹ ਆਪਾਂ ਜਿਹੜੀ ਗਰੀਬੀ ਦੀ ਗੱਲ ਕਰ ਰਹੇ ਆ ਜੀ ਇਹਨਾਂ ਲੋਕਾਂ ਨੂੰ ਸਾਨੂੰ ਆਈਡੈਂਟੀਫਾਈ ਕਰਨਾ ਪਊਗਾ ਵੀ ਇਹ ਲੋਕ ਕਿੱਥੇ ਰਹਿੰਦੇ ਆ ਜੀ ਕਿਹੜੇ ਏਰੀਆਜ਼ 'ਚ ਰਹਿੰਦੇ ਆ ਮੋਸਟਲੀ ਇਹ ਲੋਕ ਆਲ ਓਵਰ ਦਾ ਵਰਲਡ ਇਹ ਜਿਹੜੇ ਰਿਸੋਰਸ ਪੂਰ ਏਰੀਆ ਉੱਤੇ ਰਹਿੰਦੇ ਆ ਮਾਊਂਟਨਸ ایرਡ ਜ਼ੋਨਸ ਕੋਸਟਲ ਏਰੀਆ ਜਿਹੜੇ এনवायरमेंटਲ ਜਿਹੜੇ ਸਟਾਰਮ ਅਰਥਕੋਇਕ ਫਲੱਡਸ ਨੂੰ ਯਾਦਾ ਪ੍ਰਭਾਵਿਤ ਹੋ ਸਕਦੇ ਆ ਸੋ ਇਹਨਾਂ ਲੋਕਾਂ ਨੂੰ ਉਥੋਂ ਆਈਡੈਂਟੀਫਾਈ ਕਰੋ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਕੀਤੀ ਜਾਏ ਇਹੀ ਕੰਮ ਵਰਲਡ ਬੈਂਕ ਕਰਦਾ ਤੇ ਇਹਨਾਂ ਵਾਸਤੇ ਰਿਸੋਰਸ ਬਣਾਏ ਜਾਣ ਸੋ ਹੁਣ ਜਿਹੜੇ ਲੋਕ ਮੰਨ ਤੋਂ ਦੱਸਿਆ ਜਿਹੜੇ ਉੱਥੇ ਰਹਿੰਦੇ ਆ ਇਹ ਵੀ ਦੋ ਤਿੰਨ ਤਰ੍ਹਾਂ ਦੇ ਆ ਕਈ ਲੋਕ ਇਹਨਾਂ ਚੋਂ ਬਹੁਤ ਉੱਤੇ ਰਹਿੰਦੇ ਆ ਉਹਨਾਂ ਕੋਲ ਕੋਈ ਕੰਮ ਨਹੀਂ ਹੈ ਫਿਰ ਉਹ ਕੀ ਕਰਦੇ ਆ ਵੇਲੇ ਰਹਿੰਦੇ ਆ ਉਹਨਾਂ ਨੂੰ ਸਮਾਜਿਕ ਬੁਰਾਈਆਂ ਆ ਜਾਂਦੀਆਂ ਕੋਈ ਬੂਟ ਲੈਗਿੰਗ ਚ ਪੈ ਗਿਆ ਕੋਈ ਡਰਗ ਖਾਣ ਚ ਪੈ ਗਿਆ ਜੀ ਕੋਈ ਆਪਣਾ ਹੋਰ ਕੰਮ ਕਰਨ ਲੱਗ ਗਿਆ ਸੋ ਇਹ ਜਿਹੜੇ देन दे बिकम ਸੋਸ਼ਲੀ ਐਕਸਕਲੂਡਡ ਉਹ ਸਮਾਜ ਚੋਂ ਦੂਰ ਰਹਿਣ ਲੱਗ ਜਾਂਦੇ ਉਹ ਸਮਾਜ ਨੂੰ ਭੁੱਲ ਹੀ ਜਾਂਦੇ ਤੇ ਨਾ ਫਿਰ ਉਹ ਅੱਗੋਂ ਤੁਹਾਨੂੰ ਪਤਾ ਜਦੋਂ ਸੋਸ਼ਲ ਐਕਸਕਲੂਜਨ ਹੋ ਗਈ ਥੈਟ ਲੀਡਸ ਟੂ ਸੋਸ਼ਲ ਫਰੇਜਿਲਿਟੀ ਗਵਰਨਮੈਂਟ ਦੇ ਪ੍ਰੋਗਰਾਮ ਉਥੋਂ ਤੱਕ ਪਹੁੰਚਦੇ ਨਹੀਂ ਹੈ ਸੋ ਜਿਹੜਾ ਪਿੰਡੂ ਏਰੀਆ ਹੈ ਜਿਹਨੂੰ ਆਪਾਂ ਕਹਿੰਦੇ ਆ ਜੀ ਇਹ 2/3 ਜਿਹੜੇ ਪੂਰ ਲੋਕ ਹੈ ਦੁਨੀਆ ਦੇ ਇਹ ਗਰੀਬੀ ਪਿੰਡਾਂ ਚ ਰਹਿੰਦੇ ਆ ਔਰ ਪਿੰਡ ਹੈ ਕਿ ਸਾਨੂੰ ਪਿੰਡ ਨੂੰ ਹੋਰ ਤਰ੍ਹਾਂ ਵੀ ਵੇਖਣਾ ਚਾਹੀਦਾ ਜੀ ਇਹ ਦੁਨੀਆ ਦਾ ਵਾਸਟ ਮжоਰੀਟੀ ਆਫ ਫੂਡ ਜਿਹੜਾ ਉਹ ਪਿੰਡੂ ਲੈਂਡ ਤੇ ਪ੍ਰੋਡਿਊਸ ਹੁੰਦਾ ਹੈ ਚਾਹੇ ਉਹ ਅਮਰੀਕਾ ਹੈ ਚਾਹੇ ਚਾਈਨਾ ਹੈ ਚਾਹੇ ਇੰਡੀਆ ਹੈ ਜੀ ਔਰ ਇਹ ਜਿਹੜੇ ਪਿੰਡ ਹੈ ਇਹ 90% ਸੋਰਸ ਰੀਨਿਊਏਬਲ એનર્ਜੀ ਦੇ ਵਹਿ ਗਿਆ ਸਨ ਦੇ ਵਿੰਡ ਦੇ ਜਿੱਥੇ ਹੁਣ ਤੁਹਾਡੀਆਂ ਵਿੰਡ ਮਿਲਸ ਲੱਗੀਆਂ ਮੈਂ ਦੇਖੀ ਇੱਥੇ ਔਰ ਇਹ ਜਿਹੜੇ ਲੋਕ ਆ ਇਹ ਰੀਨਿਊਏਬਲ ਵਾਟਰ ਵੀ ਪਿੰਡਾਂ ਚੋਂ ਹੀ ਬਣਦਾ ਸੋ ਇਹਦਾ ਮਤਲਬ ਹੈ ਪਿੰਡ ਦੀ ਬਹੁਤ ਇੰਪੋਰਟੈਂਸ ਹੈ ਇਹਨੂੰ ਗਰੀਬੀ ਨਾਲ ਜੋੜ ਕੇ ਨਾ ਵੇਖੋ ਇਹ ਸਾਡੇ ਲੋਕਾਂ ਦੇ ਰਿਸੋਰਸ ਵੀ ਇੱਥੋਂ ਹੀ ਆਉਂਦੇ ਆ ਔਰ ਜਿਹੜੇ ਲੋਕ ਇੱਥੇ ਰਹਿੰਦੇ ਆ ਜਿਹੜੇ ਲੋਕ ਇਹ ਕੰਮ ਕਰਦੇ ਆ ਅਸੀਂ ਜਿਵੇਂ ਉਹ ਨਾਰਾ ਤਾਂ ਲਾਉਂਦੇ ਆ ਆਪ ਕੀ ਬਾਰ ਗਵਰਨਮੈਂਟ ਆਪਕੇ ਦੁਆਰ ਮੈਂ ਉਥੇ ਇੰਡੀਆ 'ਚ بڑے ਨਾਰੇ ਪੜ੍ਹਦਾ ਆਪ ਦੇ ਦੁਆਰ ਦਾ ਐਕਚੁਅਲ ਮਤਲਬ ਇਹ ਹੈ ਕਿ ਪ੍ਰੋਗਰਾਮ ਐਜੂਕੇਸ਼ਨਲ ਇੰਸਟੀਟਿਊਸ਼ਨ ਇੰਡਸਟਰੀ ਫੈਕਟਰੀ ਉਹ ਪਿੰਡਾਂ ਜਲਾਓ ਜੀ ਉਹ ਸ਼ਹਿਰਾਂ 'ਚ ਉਹਦੀ ਕਨਸੈਂਟਰੇਸ਼ਨ ਕਰਨ ਦੀ ਇਨੀ ਕੀ ਲੋੜ ਹੈ ਜੀ ਅਗਰ ਪਿੰਡ ਤੋਂ ਤੁਸੀਂ ਬੰਦਾ ਡਿਸਪਲੇਸ ਕਰਕੇ ਸ਼ਹਿਰ 'ਚ ਲਿਆਉਣਾ ਵਾਈ ਨਾਟ ਜਿੱਥੇ ਉਹ ਰਹਿੰਦਾ ਅਸੀਂ ਆਪਣੇ ਪ੍ਰੋਗਰਾਮ ਉੱਥੇ ਬਣਾਈਏ ਜੀ 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 ਬਾਜਵਾਤ ਸਾਹਿਬ ਅਗੇਨ ਸੋਲੂਸ਼ਨ ਕੀ ਹੈ ਦਾ ਐਂਡ ਇਹਨੂੰ ਐਂਡ ਕਰਨ ਦਾ ਸੋਲੂਸ਼ਨ ਜਾਂ ਕੋਈ ਗਵਰਨਮੈਂਟ ਚਾਉਂਦੀਆਂ ਨਹੀਂ ਹੈ ਕਿ ਇਹ ਦਾ ਐਂਡ ਹੋਵੇ ਇਹਦੇ ਬਾਰੇ ਆਪਾਂ ਗੱਲ ਜਰੂਰ ਕਰਾਂਗੇ ਪਰ ਆਪਾਂ ਰੁਕਣਾ ਪਾਇਆ ਇੱਕ ਛੋਟੀ ਜੀ ਬ੍ਰੇਕ ਦੇ ਵਾਸਤੇ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਅਸ਼ਪਾਲ ਸਿੰਘ ਬਾਜਵਾ ਜੀ ਪਾਵਰਟੀ ਐਂਡ ਹੰਗਰ ਤੇ ਬਹੁਤ ਸਣਾ ਲੈਬਰੇਟ ਕਰ ਰਹੇ ਆਪਾਂ ਰੁਕਣਾ ਪਾਇਆ ਇੱਕ ਛੋਟੀ ਜੀ ਬ੍ਰੇਕ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਸਾਡਾ ਬੜੇ ਹੋਏ ਨੇ ਮਾਨਯੋਗ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਦਰਸ਼ਕੋ ਬਹੁਤ ਹੀ ਅੱਛਾ ਐਲੈਬ੍ਰੇਟ ਕਰ ਰਿਹਾ ਹੈ ਪਾਉਰਟੀ ਐਂਡ ਹੰਗਰ ਤੇ ਤੁਸੀਂ ਵੀ ਆਪਦੇ ਵਿਚਾਰ ਰੱਖ ਸਕਦੇ ਹੋ ਕਾਲ ਕਰਕੇ ਡਾਕਟਰ ਸਾਹਿਬ ਮੇਰਾ ਆਖੀਰਲਾ ਕੁਐਸਚਨ ਪਾਉਰਟੀ ਤੇ ਉਸ ਤੋਂ ਬਾਅਦ ਆਪਾਂ ਹੰਗਰ ਦੇ ਸਬਜੈਕਟ ਵੱਲ ਚੱਲਦੇ ਆ ਮੇਰਾ ਇਹ ਹੈ ਕਿ ਆਪਾਂ ਭਾਰਤ ਦੇਸ਼ ਮਹਾਨ ਨੂੰ ਲੈ ਲੀਏ ਯਾਵਰਡ ਨੂੰ ਲੈ ਲੀਏ ਫਾਈਨਲ ਸੋਲੂਸ਼ਨ ਦੋਸਤੋ ਮੈਨੂੰ ਕੀ ਕੀ ਹੋਣਾ ਚਾਹੀਦਾ ਕਿ ਕੋਈ ਬੰਦਾ ਉਹ ਜਿਹੜੀ ਬੀਪੀਐਲ ਜਿੱਦਾਂ ਇੰਡੀਆ ਕਹਿੰਦੇ ਨੇ ਨਾ ਬਿਲੋ ਪਾਵਰਟੀ ਲਾਈਨ ਉਹ ਥੱਲੇ ਨਾ ਰਵੇ ਤੁਹਾਡੇ ਸਾਹਬ ਗੁਰਨਾਲੀ ਜਿਵੇਂ ਆਪਾਂ ਪਹਿਲੇ ਸੈਗਮੈਂਟ 'ਚ ਵੀ ਕੀਤੀ ਸੀ ਗੱਲ ਜੀ ਵੀ ਇਹ ਗਵਰਨਮੈਂਟ ਦੇ ਪ੍ਰੋਗਰਾਮ ਹੈ ਉਹਨਾਂ ਨੂੰ ਆਪਾਂ ਥੋੜੀ ਡਿਟੇਲ ਚੋਰ ਦੇਖ ਲੈਣਿਆ ਜੀ ਪਰ ਇਸ ਤੋਂ ਪਹਿਲਾਂ ਕੁਝ ਆਪਾਂ ਨੂੰ ਜਿਹੜੇ ਇਹ ਨੰਬਰਸ ਆ ਜੀ ਉਹਨਾਂ ਨੂੰ ਸਮਝਣ ਦੀ ਲੋੜ ਪੈਣੀ ਹੈ ਜੀ ਕਿਉਂਕਿ ਜਿਹੜੇ ਡਾਟਾ ਕਲੈਕਸ਼ਨ ਹੈ ਅੱਜ ਦੇ ਦਿਨ 'ਚ ਉਹ ਬਹੁਤ ਇੱਕ ਜ਼ਰੂਰੀ ਚੀਜ਼ ਹੈ ਜੀ اور ਇੰਡੀਆ ਦੇ ਵਿੱਚ ਜਿਹੜੀ ਗਿਣਤੀ ਆ ਪੂਅਰਜ਼ ਆ ਐਕਸਟ੍ਰੀਮ ਪੂਰ ਦੀ ਉਹ 2011 ਚ ਲਾਸਟ ਵਾਰੀ ਹੋਈ ਸੀ ਉਸ ਤੋਂ ਬਾਅਦ ਹੋਈ ਨਹੀਂ ਹੈ ਜੀ ਤੋਂ ਇਸ ਕਰਕੇ ਜਿਹੜਾ ਯੂਨ ਨੇ ਐਸਟੀਮੇਟ ਕੀਤਾ ਉਹ ਇੰਡੀਆ ਚ ਕੋਈ 24 ਤੋਂ 28% ਲੋਕ ਹੈ ਜਿਹੜੇ ਐਕਸਟ੍ਰੀਮ ਪਾਵਰਟੀ ਚ ਔਰ ਇਹਨਾਂ ਦੀ ਗਿਣਤੀ ਬਣ ਜਾਂਦੀ ਆ ਕੋਈ 300 ਤੇ 65 ਮਿਲੀਅਨ ਜਿਹੜੇ ਕਿ ਅਮਰੀਕਾ ਦੀ ਪਾਪੂਲੇਸ਼ਨ ਨਾਲੋਂ ਵੀ ਜ਼ਿਆਦਾ ਹੈ ਜੀ ਸੋ ਇਸ ਕਰਕੇ ਹਰ ਚਾਰ ਬੰਦਿਆਂ ਚੋਂ ਇੱਕ ਬੰਦਾ ਜਿਹੜਾ ਹੈ ਉਹ ਉਹ ਪੂਰ ਹੈ ਇੰਡੀਆ ਚ ਤੇ ਨੈਸ਼ਨਲ ਪਾਵਰਟੀ ਲਾਈਨ ਆਪਾਂ ਪਹਿਲਾਂ ਕਰੀ ਚੁੱਕੇ ਆਂ ਗਰੀਬੀ ਉੱਥੇ ਬਹੁਤ ਅਤ ਦੀ ਹੈ ਬਾਜਵਾ ਸਾਹਿਬ ਆਪਣੇ ਨੇ ਕਾਲਰ ਜੁੜ ਗਏ ਕਾਲ ਲੈ ਕੇ ਅੱਗੇ ਵਧਦੇ ਆਪਾਂ ਸਵਾਗਤ ਜੀ ਤੁਹਾਡਾ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਬਾਜਵਾ ਸਾਹਿਬ ਜੁੜੇ ਨੇ ਪਾਵਰਟੀ ਦੇ ਵਿਸ਼ੇ ਤੇ ਗੱਲ ਹੋ ਰਹੀ ਹੈ ਪਹਿਲਾਂ ਤਾਂ ਸਵਾਗਤ ਤੇ ਕੋਈ ਕੁਐਸਚਨ ਪੰਨੂ ਆਪਨੇ ਬਾਜਵਾ ਸਾਹਿਬ ਤੋਂ ਜੀ ਮੈਂ ਬਾਜਵਾ ਸਾਹਿਬ ਤੋਂ ਇਹ ਪੁੱਛਣਾ ਚਾਹਾਂਗਾ ਕਿ ਭਾਰਤ ਵਿੱਚ ਜਾਂ ਪੰਜਾਬ ਵਿੱਚ ਪਿੰਡਾਂ ਦੇ ਲੋਕਾਂ ਦਾ ਇਕਨੋਮਿਕਲ ਸਟੈਂਡਰਡ ਚੁੱਕਣ ਵਾਸਤੇ ਅਸੀਂ ਯੂਐਸਏ ਵਿੱਚੋਂ ਕਿਹੜੀ ਟੈਕਨੋਲੋਜੀ ਆ ਜਿਹੜੀ ਉੱਥੇ ਰੈਪਲੀਕੇਟ ਕਰ ਸਕਦੇ ਆ ਜਾਂ ਕਿਹੜਾ ਸਿਸਟਮ ਐਪਲੀਕੇਟ ਕਰ ਸਕਦੇ ਆ ਫਾਰ ਐਗਜ਼ਾਮਪਲ ਸ਼ਹਿਰਾਂ ਦਾ ਤੇ ਛੋਟੇ ਸ਼ਹਿਰਾਂ ਦਾ ਕੂੜਾ ਚੱਕਣ ਵਾਲਾ ਸਿਸਟਮ ਜਾਂ ਸਾਡਾ ਡਰੇਨੇਜ ਸਿਸਟਮ ਜਾਂ ਸਾਡਾ ਵਾਟਰ ਸਪਲਾਈ ਸਿਸਟਮ ਯਾ ਰੋਡ ਨੈਟਵਰਕ ਕਿਹੜੀਆਂ-ਕਿਹੜੀਆਂ ਟੈਕਨੋਲੋਜੀ ਤੇ ਇੰਪਲੀਮੈਂਟ ਤੇ ਇਨਸਟਰੂਮੈਂਟ ਅਸੀਂ ਉਹਨਾਂ ਨੂੰ ਦੇ ਸਕਦੇ ਆ ਟ੍ਰੇਨਿੰਗ ਦੇ ਸਕਦੇ ਆ ਇਸ ਤੇ ਬਾਰੇ ਕੋਈ ਜਾਣਨਾ ਪਾਉਣਾ ਬਾਜਰਾ ਸਾਹਿਬ ਬਹੁਤ-ਬਹੁਤ ਧੰਨਵਾਦ ਪੰਨੂ ਸਾਹਿਬ ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਹੀ ਵਾਜਬ ਸਵਾਲ ਹੈ ਪਰ ਇਹਨੂੰ ਆਪਾਂ ਇਸ ਤਰ੍ਹਾਂ ਦੇਖੀਏ ਵੀ ਜਿੰਨੀਆਂ ਵੀ ਚੀਜ਼ਾਂ ਤੁਸੀਂ ਨਾਂ ਲਿਆ ਹੈ ਜੀ ਇਹ ਤਕਰੀਬਨ ਇਨਫਰਾਸਟ੍ਰਕਚਰ ਦੇ ਖਾਤੇ 'ਚ ਹੀ ਆ ਜਾਂਦੀਆਂ ਹੈ ਇਨਫਰਾਸਟ੍ਰਕਚਰ ਦਾ ਜਿਹੜਾ ਹੈ ਉਹ ਉੱਥੋਂ ਦੀ ਗਵਰਨਮੈਂਟ ਨੇ ਬਣਾਉਣਾ ਹੈ ਮੇਰੇ ਆਪਣੇ خیال 'ਚ ਸਾਡੇ ਕੋਲ ਇੰਨੇ ਰਿਸੋਰਸਸ ਉੱਤੇ ਗਵਰਨਮੈਂਟ ਆਫ ਇੰਡੀਆ ਨੂੰ ਐਨਆਰਆਈਜ਼ ਨੂੰ ਦੇਣ ਵਾਸਤੇ ਇੰਨੇ ਨਹੀਂ ਹੋਣਗੇ ਪਰ ਅਸੀਂ ਆਪਣੇ ਆਪਣੇ ਲੈਵਲ ਤੇ ਸਾਰੇ ਮਿਹਨਤ ਕਰਦੇ ਆ ਆਪਣਾ ਯੋਗਦਾਨ ਪਾਉਣਿਆ ਪਾਉਣਾ ਵੀ ਚਾਹੀਦਾ ਜੀ ਪਰ ਮੈਂ ਇਹ ਕਹਿਣ ਲੱਗਿਆ ਸੀ ਵੀ ਜੇ ਅਸੀਂ ਲੋਕਾਂ ਨੇ ਉੱਥੇ ਕੁਝ ਕਰਨਾ ਹੈ ਮੈਂ ਬਹੁਤ ਇੱਕ ਪ੍ਰੋ ਐਜੂਕੇਸ਼ਨ ਪਰਸਨ ਆ ساری ਜ਼ਿੰਦਗੀ 'ਚ ਮੈਂ ਇਹ ਜਾਣਦਾ ਵੀ ਜੇ ਕਿਸੇ ਬੰਦੇ ਨੂੰ ਤੁਸੀਂ ਪੜ੍ਹਾਈ ਦਾ ਸਕਿੱਲ ਦੇ ਦਿਓ ਤੇ ਉਹ ਅੱਗੇ ਆਪਣੇ ਆਪ ਜ਼ਿੰਦਗੀ ਚ ਤੁਰ ਪੈਂਦਾ ਜੀ ਜੀ ਸੋ ਵੇਖੋ ਹੁਣ ਉਥੇ ਵੋਕੇਸ਼ਨਲ ਸਕੂਲ ਬਣਾ ਦਿਓ ਹੁਣ ਕਈ ਵਾਰੀ ਉਥੇ ਇੰਡੀਆ ਜਾ ਕੇ ਵੇਖੀਦਾ ਹੈ ਬਿਜਲੀ ਬਹੁਤ ਹੋ ਗਈ ਆ ਪਲੰਮਿੰਗ ਸਿਸਟਮ ਆ ਗਏ ਪਰ ਇਹਨਾਂ ਨੂੰ ਠੀਕ ਕਰਨ ਵਾਲੇ ਬੰਦੇ ਹੈ ਨਹੀਂ ਸਾਨੂੰ ਉਹ ਜਿਹੜੇ 8 7 10 ਜਮਾਤਾਂ ਵਾਲੇ ਪੜ੍ਹੇ ਲੋਕ ਹੈ ਉਹਨਾਂ ਨੂੰ ਅਗਰ ਵੋਕੇਸ਼ਨਲ ਟ੍ਰੇਨਿੰਗ ਦੇ ਦਈਏ ਐਜੂਕੇਸ਼ਨ ਦੇ ਦਈਏ ਸਾਡੇ ਸਕੂਲ ਬਿਹਤਰ ਕਰੀਏ ਜਿੰਨਾ ਚਿਰ ਅਸੀਂ ਸਕੂਲ ਨਹੀਂ ਬਿਹਤਰ ਕਰਦੇ ਓਨੀ ਦੇਰ ਤੱਕ ਇਹ ਕੰਮ ਉਥੋਂ ਘਟੇਗਾ ਨਹੀਂ ਇਹ ਵਧੇਗਾ ਆ ਅਨਸਕਿਲਡ ਬੰਦੇ ਪੈਦਾ ਰੱਖਣੇ ਮੈਂ ਜਾਣਨਾ ਇਹ ਗਵਰਨਮੈਂਟਸ ਦੀ ਇਹ ਉਹਨਾਂ ਦੀ ਫੇਲਿਅਰ ਹੈ ਇਨਸਾਨ ਪੈਦਾ ਹੁੰਦੇ ਆ ਇਨਸਾਨ ਨੂੰ ਉਹਦੀਆਂ ਜ਼ਰੂਰਤਾਂ ਮੁਹਈਆ ਕਰੰਦੇ ਜਿਹੜੇ ਸਾਧਨ ਹੈ ਇਹ ਗਵਰਨਮੈਂਟਸ ਦੀ ਡਿਊਟੀ ਹੈ ਅਗਰ ਵੈਸਟਰਨ ਵਰਡ ਕਰ ਸਕਦਾ ਹੈ ਤਾਂ ਇੰਡੀਆ ਕਿਉਂ ਨਹੀਂ ਕਰ ਸਕਦਾ ਮੈਂ ਇੱਕ ਐਗਜ਼ਾਮਪਲ ਦਿੰਨਾ ਜੀ ਪੰਨੂ ਸਾਹਿਬ ਤੁਹਾਨੂੰ ਪਿਛਲੇ ਕਈਆਂ ਸਾਲਾਂ ਤੋਂ ਦਸਾਂ ਸਾਲਾਂ ਤੋਂ ਯਾਦਾ ਉਤੇ 10 ਤੋਂ 12% ਗਰੋਥ ਹੈ ਇਕਨੋਮੀ ਦੀ ਪਰ ਜਿਹੜਾ ਸਾਡਾ ਗਰੀਬ ਹੈ ਉਹ ਕਿਉਂ ਨਹੀਂ ਉੱਤੇ ਆ ਸਕਿਆ ਆਫਟਰ ਆਲ ਅਮਰੀਕਾ ਦੇ ਵਿੱਚ ਇੰਨੀਆਂ-ਇੰਨੀਆਂ ਟ੍ਰਬਲਸ ਕਰਕੇ ਇਹਨਾਂ ਨੇ ਆਪਣੇ ਸਿਸਟਮ ਇਹਨਾਂ ਸਟਰੋਂਗ ਰੱਖੇ ਆ ਉਹ ਇਹਨੇ ਰੈਜ਼ੀਲੀਅੰਟ ਹੈ ਉਹਨਾਂ ਨੂੰ ਸ਼ਾਕ ਹੁੰਦੀ ਨਹੀਂ ਜੇ ਥੋੜੀ-ਬਹੁਤ ਹੁੰਦੀ ਹੈ ਇਹ ਉਹਦੇ ਚ ਆਪਣੇ ਰਿਸੋਰਸ ਪਾ ਕੇ ਦੋਨਾਂ ਨੂੰ ਇਹ ਠੀਕ ਕਰ ਲੈਂਦੇ ਜੀ 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 ਤੋਂ ਇਸ ਕਰਕੇ ਜੀ ਇਹ ਤਾਂ এডਿਕੇਸ਼ਨ ਦਿਓ ਉਹਨਾਂ ਨੂੰ ਸਕਿੱਲਸ ਦਿਓ ਉਹ ਅੱਗੋਂ ਚੱਲ ਪੈਣਗੇ ਔਰ ਗਵਰਨਮੈਂਟ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਉਹ ਰੀ-ਐਵੈਲਿਊਏਟ ਕਰੇ ਆਪਣੇ ਪ੍ਰੋਗਰਾਮ ਨੂੰ ਇਹ ਨਹੀਂ ਵੀ ਜਿਹੜੇ ਸਾਨੂੰ 1970 ਚ ਲੱਗੇ ਸੀ ਅੱਜ ਵੀ ਉਹ ਚੱਲਦੇ ਰਹਿਣ ਉਹ ਹੁਣ ਬਿਲਕੁਲ ਅਸੀਂ ਭੱਜ ਕੇ ਟੈਕਨਾਲੋਜੀ ਵਾਲੇ ਪਾਸੇ ਪਹਗੇ ਟੈਕਨਾਲੋਜੀ ਬਹੁਤ ਅੱਛੀ ਚੀਜ਼ ਹੈ ਪਰ ਟੈਕਨਾਲੋਜੀ ਪੰਜਾਬ ਚ ਖਾਸ ਕਰਕੇ ਸਾਡੇ ਬੱਚਿਆਂ ਨੂੰ ਉਹਦੀ ਪੜ੍ਹਾਈ ਕਰਾਉਣੀ ਤਾਂ ਗਵਰਨਮੈਂਟ ਦੀ ਡਿਊਟੀ ਹੈ ਨਾ ਜੀ ਹੁਣ ਅਸੀਂ ਟੈਕਨੋਲੋਜੀ ਦੇ ਸਕੂਲ ਤੇ ਨਹੀਂ ਉਥੇ ਖੋਲ ਸਕਦੇ ਜੀ ਜੀ ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਅ ਡਾਕਟਰ ਸਾਹਿਬ ਮੇਰਾ ਇੱਕ ਕੁਐਸਚਨ ਤੁਹਾਡੀ ਆ ਇਹਨਾਂ ਇਸ ਜਵਾਬ ਚ ਇੱਕ ਕੁਐਸਚਨ ਖੜਾ ਹੋ ਗਿਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਇੰਡੀਆ ਦੇ ਵਿੱਚ ਇੱਕ ਪ੍ਰੋਗਰਾਮ ਚਲਾਇਆ ਸੀ ਜਿਹਨੂੰ ਨਰੇਗਾ ਕਹਿੰਦੇ ਸੀ ਤੇ ਇਸ ਗਵਰਨਮੈਂਟ ਨੇ ਆ ਕੇ ਉਹਦਾ ਨਾਮ ਮਨਰੇਗਾ ਰੱਖ ਦਿੱਤਾ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਸਕੀਮ ਆਈ ਸੀ ਉਹ ਮੇਰੇ ਖਿਆਲ ਜ਼ਿਆਦਾਤਰ ਰੂਰਲ ਵਾਸਤੇ ਸੀਗੀ ਕਿ ਉਹਨੇ ਕਿਸੇ ਨਾ ਕਿਸੇ ਨੇ ਕਿਤੇ ਹੈਲਪ ਕੀਤੀ ਹੈ ਗਰੀਬੀ ਨੂੰ ਗਰੀਬੀ ਚੋਂ ਲੋਕਾਂ ਨੂੰ ਕੱਢਣ ਦੀ ਦੇਖੋ ਜੀ ਉਸ ਪ੍ਰੋਗਰਾਮ ਨੇ ਐਕਚੁਅਲੀ ਉਹ ਮਹਾਤਮਾ ਗਾਂਧੀ ਆਈ ਥਿੰਕ ਨੈਸ਼ਨਲ ਇਕਨੋਮਿਕਲ ਡਵੈਲਪਮੈਂਟ ਇਹੋ ਜੀ ਸੀ ਨਾਂ ਤਾਂ ਮੈਨੂੰ ਲੱਗਦਾ ਇਹ ਉਹੀ ਹੈ ਉਸ ਟਾਈਮ ਦਾ ਹੀ ਜੀ ਜੀ ਪਰ ਇਹ ਕੋ 2004 ਜਾਂ 5 ਦੇ ਲਾਗੇ ਇਹ ਬਣੀ ਸੀ ਇਹਦੇ ਚ ਹੈ ਕੀ ਹੈ ਇਹ ਪਿੰਡਾਂ ਵਾਸਤੇ ਹੈ ਜੀ ਇਹ ਜਿਹੜੀ ਪ੍ਰੋਬਲਮ ਇਹ ਜਿਹੜੇ ਅਨਸਕਿਲਡ ਲੋਕ ਆ ਉਹਨਾਂ ਵਾਸਤੇ ਪਰ ਜਿੰਨੇ ਦਿਨੋਂ ਸਾਲ ਦੇ ਵਿੱਚ ਵਰਕ ਉਹਨਾਂ ਨੂੰ ਦਿੰਦੇ ਆ ਜੀ ਉਹਦੇ ਨਾਲ ਜੇ ਆਪਾਂ ਧਿਆਨ ਮਾਰ ਕੇ ਵੇਖੀਏ ਤਾਂ ਜੇ 100 ਦਿਨ ਤੁਹਾਨੂੰ ਕੰਮ ਮਿਲਣਾ ਹੈ ਜੀ ਜੀ ਇਹ ਤੇ 365 ਦਿਨ ਤੁਸੀਂ ਖਾਣਾ ਇਹਦਾ ਮਤਲਬ ਆ ਤੁਹਾਡੀ ਜਿਹੜੀ ਇਨਕਮ ਆ ਉਹ ਸਿੱਧੀ 1/3 ਕੱਟ ਹੋ ਗਈ ਵੀ ਮੈਂ ਇੱਕ ਦਿਨ ਕੰਮ ਕਰਾਂ ਦੋ ਦਿਨ ਕੰਮ ਨਾ ਕਰਾਂ ਔਰ ਉਹ ਜਿਹੜੇ ਪੈਸੇ ਵੀ ਉਹ ਚ ਦਿੰਦੇ ਆ ਉਹ ਬਹੁਤ ਥੋੜੇ ਆ ਉਹ ਕੋਈ 400 ਰੁਪਿਆ ਦਿਹਾੜੀ ਦਾ ਜੀ ਤੇ ਉਹ ਅੱਗੋਂ ਇਹ ਆਇਆ ਕਿ ਦੇਖੋ ਗਵਰਨਮੈਂਟ ਦੀ ਕਰਪਸ਼ਨ ਤਾਂ ਘਟਣੀ ਬਹੁਤ ਜ਼ਰੂਰੀ ਹੈ ਚਾਹੇ ਉਹ ਅਮਰੀਕਾ ਚਾਹੇ ਉਹ ਇੰਡੀਆ ਚਾਹੇ ਉਹ ਅਫਰੀਕਾ ਜੀ ਜਦੋਂ ਅਸੀਂ ਉਹ ਲੋਕਾਂ ਦੇ ਨੰਬਰ ਹੀ ਵੈਸੇ ਭਰਦੇ ਨੇ ਮੈਂ ਤੁਹਾਨੂੰ ਰਿਐਲਿਟੀ ਦੱਸਣ ਲੱਗਾ ਜੀ ਉਹ ਜਿਹੜੇ ਵਰਕਮੈਨ ਇਨਚਾਰਜ ਹੁੰਦੇ ਆ ਉਹ ਜੇ ਅੱਜ ਮੈਂ 100 ਬੰਦਾ ਲਾਇਆ ਸੀ ਇੱਥੇ ਮਿੱਟੀ ਪੱਟਣ ਨੂੰ ਸੜਕ ਦੇ ਜਿਹੜੇ ਪਾਸੇ ਵਾਲਾ ਉਹਨੂੰ ਪਧਰਾ ਕਰਨਾ ਲਾਉਣੇ ਉਹਨਾਂ ਨੇ ਕਟਾਂ ਵਿਖਾਉਣੇ ਯਾਦਾਂ ਔਰ ਉਹਨਾਂ ਲੋਕਾਂ ਦਾ ਫਿਰ ਕਿੱਥੋਂ ਸਰਦਾਰ ਔਰ ਉਹਦੇ 'ਚ ਕੋਈ ਇੰਨੇ ਜ਼ਿਆਦਾ ਪੈਸੇ ਨਹੀਂ ਪਰ ਇਹ ਗੁੱਡ ਐਫਰਟ ਹੈ ਔਰ ਇਹਦੇ ਨਾਲ ਕੁਝ ਤਾਂ ਲੋਕਾਂ ਨੂੰ ਮਿਲਦਾ ਜੀ 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 ਆ ਡਾਕਟਰ ਸਾਹਿਬ ਆਪਣਾ ਇੱਕ ਬ੍ਰੇਕ ਲਾਵਾਂਗੇ ਬ੍ਰੇਕ ਤੋਂ ਆਪਾਂ ਹੰਗਰਤੇ ਆਵਾਂਗੇ ਪਰ ਮੇਰਾ ਇੱਕ ਲਾਸਟ ਕੁਐਸਚਨ ਇਹਦੇ ਉੱਤੇ ਹੈ ਪਾਵਰਟੀ ਦੇ ਉੱਤੇ ਆ ਬਹੁਤ ਜਿਹੜੇ ਵੱਡੇ ਲੋਕ ਆ ਇੰਡਸਟਰੀਅਲਿਸਟ ਨੇ ਔਰ ਵੱਡੇ ਵੱਡੇ ਜਿਹੜੇ ਕਾਰੋਬਾਰੀ ਬੰਦੇ ਨੇ ਉਹ ਕੋਸ਼ਿਸ਼ ਕਰਦੇ ਕਿ ਅਸੀਂ 10000 ਬੰਦਾ ਆ 20000 ਆ 40000 ਸਾਡੀ ਫੈਕਟਰੀਆਂ ਚ ਲੱਗਾ ਰਵੇ ਠੀਕ ਹੈ ਉਹਨਾਂ ਨੂੰ ਕੋਸ਼ਿਸ਼ ਕਰਦੇ ਕਿ ਅਸੀਂ ਇਨੀ ਇਨੀ ਤਨਖਾਹ ਦੇਵਾਂਗੇ ਗਵਰਨਮੈਂਟ ਤੋਂ ਟੈਕਸ ਬਚਾਉਣ ਲਈ ਵੀ ਠੀਕ ਹੈ ਗਵਰਨਮੈਂਟ ਤੋਂ ਸਬਸਿਡੀ ਵੀ ਲੈਂਦੇ ਕਿ ਅਸੀਂ ਇਨੇ ਬੰਦਿਆਂ ਨੂੰ ਇਮਪਲੋਇਮੈਂਟ ਦਿੱਤੀ ਹੋਈ ਆ ਪਰ ਗੱਲ ਕਰਾਪਸ਼ਨ ਦੀ ਗੱਲ ਤੁਹਾਡੀ ਗੱਲਾਂ ਚੋਂ ਗੱਲ ਨਿਕਲੀ ਆ ਪਰ ਉੱਥੇ ਜਦੋਂ ਆਡਿਟ ਹੁੰਦੇ ਨੇ ਤੇ ਉਹ ਅੱਧੇ ਹੀ ਲੇਬਰ ਵੀ ਨਹੀਂ ਨਿਕਲਦੀਗੀ ਫਿਰ ਜੇ ਜਦੋਂ ਤੱਕ ਆ ਸਿਸਟਮ ਚੱਲਦਾ ਰਹੂਗਾ ਗਰੀਬੀ ਕਿੱਦਾਂ ਗਰੀਬੀ ਚ ਲੋਕ ਕਿੱਦਾਂ ਨਿਕਲਣਗੇ ਦੇਖੋ ਜੀ ਜਿਹੜੀ ਆਨਸਟੀ ਹੈ ਉਹ ਤਾਂ ਬਹੁਤ ਜ਼ਰੂਰੀ ਹੈ ਮੈਂ ਇੱਕ ਵਾਰੀ ਪੜ੍ਹਦਾ ਸੀ ਬਈ ਗਰੀਬ ਆਦਮੀ ਨੂੰ ਦੋ ਮਾਰ ਪੈਂਦੀ ਹੈ ਇੱਕ ਤਾਂ ਪੈਂਦੀ ਹੈ ਇਟਸ ਟਵਨ ਬਰਡਨ ਇੰਗਲਿਸ਼ ਚ ਲਿਖਿਆ ਸੀ ਟਵਨ ਬਰਡਨ ਇਹ ਹੈ ਇੱਕ ਤਾਂ ਉਹ ਵਿਚਾਰੇ ਗਰੀਬ ਹੈ ਉਹਨਾਂ ਦੀ ਇਨਕਮ ਹੈ ਨਹੀਂ ਦੂਜੇ ਜਿਹੜੀ ਗਵਰਨਮੈਂਟ ਦੀ ਆਰਗੇਨਾਈਜ਼ਡ ਕ੍ਰਾਪਸ਼ਨ ਹੈ ਉਹ ਨਾ ਉੱਤੇ ਉਹ ਵੀ ਉਹਨਾਂ ਦੇ ਨਜਲਾ ਕਰਦਾ ਉਹਦਾ ਔਰ ਗਵਰਨਮੈਂਟ ਤੇ ਵੀ ਬਣਦਾ ਹੈ ਅਗਰ ਤੁਸੀਂ ਸਾਰੇ ਲੋਕਾਂ ਨੂੰ ਪੇ ਰੋਲ ਤੇ ਨਹੀਂ ਰੱਖੋਗੇ ਤੇ ਤੁਸੀਂ ਟੈਕਸ ਦੀ ਕਲੇਮ ਕਿਵੇਂ ਕਰੋਗੇ ਰਾਈਟ ਰਾਈਟ ਸੋ ਇਸ ਕਰਕੇ ਬੜੀਆਂ ਚੀਜ਼ਾਂ ਹੈ ਇੱਥੇ ਬੜੀ ਟਰਾਂਸਪੇਰੈਂਸੀ ਦੀ ਲੋੜ ਹੈ ਅੱਜ ਦੇ ਦਿਨ ਚ ਜੀ ਜੀ ਆ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਆਪਾਂ ਲੁਕ ਰਹੇ ਹਾਂ ਲਾਸਟ ਬ੍ਰੇਕ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਜੀ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਰਿਸ਼ਪਾਲ ਸਿੰਘ ਬਾਜਵਟ ਡਾਕਟਰ ਸਾਹਿਬ ਆਪਾਂ ਬਹੁਤ ਗੱਲਾਂ ਕਰ ਲੀਆਂ ਨੇ ਆ ਪਾਵਰਟੀ ਤੇ ਮੇਰਾ ਹੁਣ ਕੁਐਸਚਨ ਹੰਗਰ ਇੰਡੈਕਸ ਤੇ ਹੰਗਰ ਤੇ ਹੁੰਦਾ ਕੀ ਕਾਰਨ ਹੈ ਕਿ 17 ਮਿਲੀਅਨ ਖਾਸ ਕਰਕੇ ਜੇ ਬੱਚਿਆਂ ਦੀ ਗੱਲ ਕਰੀਏ 17 ਮਿਲੀਅਨ ਬੱਚੇ ਜਿਹੜਾ ਹੈ ਕਿ ਉਹਨਾਂ ਨੂੰ ਨਿਊਟ੍ਰੀਸ਼ਨ ਫੂਡ ਨਹੀਂ ਮਿਲਦਾ ਜਿਹਨਾਂ ਨੂੰ ਆਪਾਂ ਜੇ ਹਿੰਦੀ ਪੰਜਾਬੀ ਦੇ ਕੁਪੋਸ਼ਨ ਦੇ ਸ਼ਿਕਾਰ ਨੇ 2 ਮਿਲੀਅਨ ਬੱਚੇ ਇਸ ਕਰਕੇ ਇਸ ਦੁਨੀਆ ਤੋਂ ਚੜਾਈ ਕਰ ਜਾਂਦੇ ਆ ਇੱਕ ਸਾਲ ਦੇ ਵਿੱਚ ਕਿਉਂਕਿ ਉਹਨਾਂ ਨੂੰ ਇਹ ਨਿਊਟ੍ਰੀਟੈਂਟ ਫੂਡ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੂੰ ਜਿਹੜਾ ਰੈਗੂਲਰ ਫੂਡ ਵੀ ਉਪਲਬਧ ਨਹੀਂ ਹੁੰਦਾ ਕਿ ਇਹ ਗਵਰਨਮੈਂਟਾਂ ਦੀ ਪਹਿਲੀ ਜ਼ਿੰਮੇਵਾਰੀ ਨਹੀਂ ਬਣ ਜਾਂਦੀ ਕਿ ਕਲੀਨ ਵਾਟਰ ਚੰਗਾ ਪਾਣੀ ਪੀਣ ਨੂੰ ਚੰਗੀ ਹਵਾ ਤੇ ਜਿਹੜਾ ਖਾਣ ਨੂੰ ਸੋਹਣਾ ਖਾਣਾ ਕਿਸੇ ਬੱਚੇ ਤੱਕ ਪ੍ਰੋਵਾਈਡ ਕੀਤਾ ਜਾਵੇ ਇਹ ਕੀ ਕਾਰਨ ਹੈ ਦੇਖੋ ਜੀ ਇਹਦਾ ਜਿਹੜੀ ਇਹਦੀ ਰੂਟ ਕਾਜ਼ ਆ ਜਿਹੜੀ ਇਹਦੀ ਜੜਾ ਪ੍ਰੋਬਲਮ ਦੀ ਜੀ ਉਹ ਗਰੀਬੀ ਹੈ ਔਰ ਜੇ ਆਪਾਂ ਗਰੀਬੀ ਕੀ ਚੀਜ਼ ਹੈ ਇਨਕਮ ਹੀ ਹੈ ਨਹੀਂ ਜਿਹੜੀਆਂ ਚੀਜ਼ਾਂ ਤੁਸੀਂ ਖਾਈ ਨਹੀਂ ਕਰ ਸਕਦੇ ਉਹ ਖਾ ਨਹੀਂ ਸਕਦੇ ਅਗਰ ਗਵਰਨਮੈਂਟ ਕੋਈ ਫੂਡ ਇਹਨਾਂ ਨੂੰ ਦਿੰਦੀ ਵੀ ਹੈ ਜੀ ਔਰ ਹੋ ਸਕਦਾ ਉਹ ਨਫ ਨਾ ਹੋਵੇ ਅਰੇ ਬੱਚੇ ਜਦੋਂ ਮਲ ਨਿਊਟ੍ਰੀਸ਼ਨ ਚ ਚਲੇ ਜਾਂਦੇ ਆ ਉਹ ਸਾਡੀ ਗਵਰਨਮੈਂਟ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਅੱਜ ਇੱਕ ਬੱਚਾ ਜਦੋਂ ਜੰਮਿਆ ਜਿ ਉਹ ਆਪਣੀ ਫੁੱਲ ਫਿਜ਼ੀਕਲ ਜਿਹੜੀ ਹੈਲਥ ਹੈ ਉਹ ਅਟੇਨ ਨਹੀਂ ਕਰ ਸਕਿਆ ਉਹ ਇੱਕ ਉਸ ਕੰਟਰੀ ਦਾ ਇੱਕ ਨੈਸ਼ਨਲ ਲਾਸ ਹੈ ਔਰ ਇਹਦੇ ਨਾਲ ਮੈਂ ਇੱਕ ਦਿਨ ਕਿਤੇ ਪੜ੍ਹਦਾ ਸੀ ਵੀ ਇਹ ਜਿਹੜੇ ਲੋਕ ਪੂਰੀ ਗਰੋਥ 'ਚ ਨਹੀਂ ਆਉਂਦੇ ਜੀ ਔਰ ਇਹਨਾਂ ਦਾ ਪੂਰਾ ਪੋਟੈਂਸ਼ੀਅਲ ਹੀ ਨਹੀਂ ਹੁੰਦਾ ਇਹਦੀ ਮਿਲੀਅਨਸ ਆਫ ਡਾਲਰਸ ਦੀ ਤੁਹਾਨੂੰ ਲਾਸ ਹੈ ਸਿਸਟਮ ਨੂੰ ਅਰੇ ਲੋਕ ਅਰਲੀ ਵਿਚਾਰੇ ਮਰ ਜਾਂਦੇ ਆ ਕਈ ਚਾਈਲਡਹੂਡ 'ਚ ਹੀ ਮਰ ਜਾਂਦੇ ਆ ਆਫਟਰ ਵਾਲੇ ਬੱਚੇ ਫੂਡ ਇਹਨਾਂ ਨੂੰ ਪ੍ਰੋਪਰ ਨਹੀਂ ਮਿਲਦਾ ਔਰ ਇਹਦੇ ਬੁڑے ਕਾਰਨ ਹੈ ਇਹ ਕਿਉਂ ਨਹੀਂ ਇਹ ਚੀਜ਼ ਆਪਣੇ ਹੋ ਰਹੀ ਜੀ ਬਈ ਇਹ ਮੈਨ ਮੇਡ ਪ੍ਰੋਬਲਮਸ ਬਹੁਤ ਹੈ ਇਹ ਸੋਸ਼ਲ ਕਨਫਲिक्ट ਹੈ ethnicities religious based ਤੇ ਅਸੀਂ ਲੋਕਾਂ ਨੂੰ ਕਰਦੇ ਹਾਂ ਤੇ ਜਿਹੜੇ ਬੱਚੇ ਹਨ ਔਰ ਔਮਨ ਹੈ ਇਹ ਦੇ ਆਰ ਮੋਰ ਪ੍ਰੋਨ ਟੂ ਪਾਵਰਟੀ ਕਿਉਂਕਿ ਬੱਚੇ ਛੋਟੇ ਹਨ ਉਹਨਾਂ ਨੂੰ ਐਜੂਕੇਸ਼ਨ ਹੈ ਨਹੀਂ ਉਹ ਚਾਈਲਡ ਮੈਰਿਜ ਚ ਪੈ ਜਾਂਦੇ ਆ 45% ਬੱਚੇ ਆਪਣੇ ਇਹ ਲੀਗਲ ਏਜ ਤੋਂ ਪਹਿਲਾਂ ਮੈਰਿਜ ਕਰਾਉਂਦੇ ਆ ਸਕੂਲਾਂ ਚੋਂ ਜਾ ਨਹੀਂ ਸਕਦੇ ਜੌਬਸ ਉਹਨਾਂ ਦੇ ਪੇਰੈਂਟਸ ਕੋਲ ਹੈ ਨਹੀਂ ਗਿਆ ਜਿਹੜੀਆਂ ਸਾਡੀਆਂ ਮਾਰਕੀਟਸ ਐ ਜਿੱਥੇ ਅਸੀਂ ਕੋਈ ਪ੍ਰੋਡਿਊਸ ਵੇਚਣੀ ਆ ਉਹ ਇਹਨਾਂ ਏਰੀਆ ਚ ਅਨਸਟੇਬਲ ਐ ਸੋ ਇਹ ਬੜੇ ਕਾਰਨ ਐ ਜੀ 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 ਬਾਈਓ ਸਰ ਲਾਸਟ ਕੁਐਸਚਨ ਹੈ ਤੁਸੀਂ ਉੱਤੇ ਐਲੈਬ੍ਰੇਸ਼ਨ ਕਰ ਲਿਓ ਕਿਉਂਕਿ ਆਪਣਾ ਕੋ ਵਕਤ ਸਿਰਫ 3 ਮਿੰਟਾ ਦਾ ਹੈ ਕੀ ਯਾ ਤਾਂ ਮੋਰ ਪਾਪੂਲੇਸ਼ਨ ਜਿਹੜੀ ਜ਼ਿਆਦਾ ਪਾਪੂਲੇਸ਼ਨ ਹੈ ਜਾਂ ਜਿਹੜੇ ਅਨਡਿਵਾਈਡਡ ਜਿਹੜਾ ਡਿਸਟ੍ਰਿਬਿਊਸ਼ਨ ਹੈ ਜਿਹੜਾ ਉਹ ਅਨਈਵਨ ਹੋ ਸਕਦਾ ਗਵਰਨਮੈਂਟ ਵੱਲੋਂ ਕੀ ਇਹ ਵੀ ਕਾਰਨ ਰਹਿੰਦੇ ਹੈ ਹੰਗਰਸ ਦੇ ਦੇਖੋ ਜੀ ਮੈਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਪ੍ਰੋਗਰਾਮ ਹੈ ਉਹ ਟਾਈਮ ਟੂ ਟਾਈਮ ਰੀਐਵੈਲਿਊਏਟ ਹੋਣੇ ਚਾਹੀਦੇ ਜੀ ਜੀ ਅਰੇ ਡਿਸਟ੍ਰਿਬਿਊਸ਼ਨ ਜਿਹੜੀ ਕਰਨੀ ਹੈ ਇਹ ਐਕਚੁਅਲੀ ਜੇ ਦੇਖਿਆ ਜਾਏ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਆਪਣੀ ਮੀਟਿੰਗ 'ਚ ਵੀ ਜਿਹੜੇ 80% ਲੋਕ ਹੈ ਜੀ ਉਹ ਤਾਂ ਵਿਚਾਰੇ ਮਸਾਂ 20% ਦੁਨੀਆ ਦਾ ਰਿਸੋਰਸ ਤੇ ਪੈਸਾ ਇਕਨੋਮਿਕ ਬੈਨੀਫਿਟਸ ਨੂੰ ਲੈਂਦੇ ਆ باقی ਜਿਹੜੀ ਇਨਕਮ ਹੈ ਉਹ 1% ਤੋਂ 5% ਤਾਂ ਬਹੁਤ ਜ਼ਿਆਦਾ ਕਰ ਜਾਂਦੇ ਆ ਜੀ ਜੀ ਬਾਕੀ ਜਿਹੜੀ ਅਪਰ ਮੀਡਲ ਕਲਾਸ ਹੈ ਉਹ 10-15% ਦੀ ਹੈਗੀ ਹੈ ਉਹ ਉੱਥੇ ਰਹਿ ਜਾਂਦੇ ਸੋ ਇਹ ਪ੍ਰੋਗਰਾਮ ਦਾ ਰੀਵੈਲਿਊਸ਼ਨ ਕਰਨ ਦੀ ਬਹੁਤ ਲੋੜ ਹੈ ਜੀ ਜੀ ਜੇ ਤੁਸੀਂ ਹੁਣ ਆਪਣੇ ਕੋਲ 2 ਮਿੰਟ ਰਹਿ ਗਏ ਜੇ ਸਮਰਾਈਜ਼ ਕਰਨਾ ਹੋਵੇ ਅੱਜ ਦਾ ਜਿਹੜਾ ਪਾਵਰਟੀ ਤੇ ਹੰਗਰ ਤੇ ਆਪਾਂ ਪ੍ਰੋਗਰਾਮ ਕੀਤਾ ਸਮਰਾਈਜ਼ ਕਰਨਾ ਹੋਵੇ ਆਪਣੇ ਕੋਲ 2 ਮਿੰਟ ਹੈਗੇ ਬਾਜੋ ਸਭ ਤੁਸੀਂ ਕਰ ਸਕਦੇ ਹੋ ਦੇਖੋ ਜੀ ਗਰੀਬੀ ਚ ਜਿਹੜਾ ਰਹਿਣਾ ਹੈ ਉਹ ਇੱਕ ਕਨਸਟੈਂਟ ਸਟਰਗਲ ਹੈ ਜੀ ਇਹ ਜਿਹੜਾ ਬੰਦਾ ਇਹਦੇ ਚ ਪੈਂਦਾ ਉਹਨੂੰ ਹੀ ਪਤਾ ਹੈ ਜੀ ਮੇਰਾ ਤਾਂ ਤੁਹਾਨੂੰ ਸਾਰਿਆਂ ਨੂੰ ਅੱਜ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਜੇ ਕੋਈ ਇਨਸਾਨ ਦੁਨੀਆ 'ਚ ਬਹੁਤ ਪ੍ਰੋਗਰਾਮ ਚੱਲਦੇ ਆ ਉਹਦੇ 10 ਡਾਲਰ, 15 ਡਾਲਰ, 20 ਡਾਲਰ ਵੀ ਉਹਨਾਂ ਪ੍ਰੋਗਰਾਮਸ ਨੂੰ ਤੁਸੀਂ ਭੇਜ ਸਕੋ ਤੁਸੀਂ ਅਗਰ ਇੱਕ ਬੱਚੇ ਨੂੰ ਤੁਸੀਂ ਉਹਦੀ ਰੋਟੀ ਪੂਰੀ ਕਰ ਦੋ ਉਹ ਉੱਥੋਂ ਦੇ ਸਿਸਟਮ 'ਚ ਐਟ ਲੀਸਟ ਉਹ ਫਿਜ਼ੀਕਲ ਲੇਬਰ ਕਰਨ ਜੋਗਾ ਤਾਂ ਹੋ ਜਾਊਗਾ ਬਾਕੀ ਆਗੇ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਸੀ ਜੀ ਵੀ ਇਹ ਇੱਕ ਸਾਈਕਲ ਹੈ ਇਹ ਟਰੈਪ ਹੈ ਇਹਦੇ 'ਚੋਂ ਸਾਨੂੰ ਗਵਰਨਮੈਂਟਾਂ ਦੀ ਡਿਊਟੀ ਹੈ ਕਿ ਇਹਨਾਂ ਲੋਕਾਂ ਨੂੰ ਕੱਢਿਆ ਜਾਏ ਜੀ ਔਰ ਜਿਹੜੀ ਅ uh, ਅਜੰਡਾ 2030 ਹੈ ਯੂਨਾਈਟਿਡ ਨੇਸ਼ਨਸ ਦਾ ਉਹਨਾਂ ਦਾ ਇਹ ਮਿਸ਼ਨ ਹੈ ਕਿ ਉਹਨਾਂ ਨੇ 2030 ਤੱਕ ਪਾਵਰਟੀ ਨੂੰ ਪੂਰਾ ਰੈਡੀਕੇਟ ਕਰਨਾ ਠੀਕ ਆ ਕੋਵਿਡ ਨੇ ਥੋੜਾ ਜਿਹਾ ਅਜੰਡਾ ਉਹ ਪਿੱਛੇ ਪਾ ਦਿੱਤਾ ਪਰ ਉਹਦੇ ਵਾਸਤੇ ਗਵਰਨਮੈਂਟਸ ਨੂੰ ਬਹੁਤ ਜ਼ਿਆਦਾ ਕੇਅਰਫੁਲ ਹੋ ਕੇ ਉਹ ਅਜੰਡਾ ਮੀਟ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਹੋਰ ਪ੍ਰੋਗਰਾਮ ਕੋਈ ਪਿੱਛੇ ਵੀ ਪੈ ਜਾਣ ਲੋਕਾਂ ਜੋ ਗਰੀਬੀ ਹਟਾਓ ਇਹ ਤੁਹਾਡਾ ਇੱਕ ਨੈਸ਼ਨਲ ਰਾਸ਼ਟਰੀ ਵੈਲਥ ਹੈ ਇਹਨਾਂ ਲੋਕਾਂ ਨੂੰ ਪਲੀਜ਼ ਸੰਭੋ ਵਰਨਾ ਇਹ ਭੁੱਖੇ ਲੋਕ ਔਰ ਜਦੋਂ ਇਹਨਾਂ ਲੋਕਾਂ ਕੋਲ ਨੌਕਰੀ ਨਹੀਂ ਹੈ ਇਹ ਫਿਰ ਸੋਸ਼ਲ ਸਮਾਜਿਕ ਬੁਰਾਈਆਂ ਤੇ ਆਉਂਦੇ ਆ ਉੱਤੇ ਅਸੀਂ ਮਿਲੀਅਨਸ ਟ੍ਰਿਲੀਅਨਸ ਡਾਲਰ ਖਰਚ ਦਿੰਨੇ ਆ ਉਹ ਉਹਨਾਂ ਨੂੰ ਕੰਟਰੋਲ ਕਰਨ ਚ ਕਿਉਂ ਨਾ ਚੰਗਾ ਹੋਵੇ ਉਹ ਜਿਹੜਾ ਪੈਸਾ ਹੈ ਉਹ ਪ੍ਰਾਪਰ ਏਰੀਆ এডਿਕੇਸ਼ਨ ਹੈਲਥ ਸਰਵਿਸਿਜ਼ ਦੂਜੇ ਪਾਸੇ ਲਾਇਆ ਜਾਏ ਸੋ ਮੇਰੀ ਤਾਂ ਇਹੀ ਬੇਨਤੀ ਹੈ ਜੀ ਤੁਹਾਨੂੰ ਸਭ ਨੂੰ ਜੀ ਜੀ ਬਾਜਵਾ ਸਾਹਿਬ ਤੁਸੀਂ ਟਾਈਮ ਕੱਢਿਆ ਅੱਜ ਬਹੁਤ ਸੋਹਣਾ ਲੈਬਰੇਟ ਕੀਤਾ ਆਪਣੇ ਨਾਲ ਕਲਰ ਵੀ ਜੁੜੇ ਆਪਾਂ ਕੱਲ ਨੂੰ ਕਿਸੇ ਨਵੇਂ ਮੁੱਦੇ ਨਾਲ ਬਾਜੀਬਾਹਬ ਸਾਡੇ ਨਾਲ ਸਟੂਡੀਓ 'ਚ ਹੋਣਗੇ ਕੋਈ ਨਵਾਂ ਸਬਜੈਕਟ ਨਾਲ ਤੁਸੀਂ ਵੀ ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ ਹੇਠ ਲਿਖੇ ਨੰਬਰਾਂ ਤੇ ਕਾਲ ਕਰਕੇ ਤੁਹਾਡੇ ਕੀ ਵਿਚਾਰ ਨੇ ਕੱਲ ਵਾਲਾ ਮੁੱਦਾ ਕੋਈ ਨਵਾਂ ਹੋਵੇਗਾ ਤੁਸੀਂ ਸਾਡੇ ਨਾਲ ਇਦਾਂ ਹੀ ਬਣੇ ਰਹਿਣਾ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਬਾਜੀਬਾਹਬ ਸਾਹਿਬ ਤੁਸੀਂ ਅੱਜ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕੋ ਅੱਜ ਵਕਤ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਆ ਕੱਲ ਨੂੰ ਨਵੇਂ ਮੁੱਦੇ ਦੇ ਨਾਲ ਫਿਰ ਮਿਲਦੇ ਆ ਆਪਣਾ ਪੂਰਾ ਖਿਆਲ ਰੱਖਣਾ ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਨਮਸਕਾਰ ਆਦਾਬ ਤੇ ਸ਼ਬਕ